ਅਤੇ ਯੋਜਨਾ ਅਤੇ ਨਿਗਰਾਨੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕ ਰਿਸਰਚ ਸਕਾਲਰ ਅਤੇ ਵਿਦਿਆਰਥੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਭਾਰਤ ਪੀਰਾਂ ਪੈਗੰਬਰਾਂ ਸਾਧੂ ਸੰਤਾਂ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਦੀ ਧਰਤੀ ਹੈ। ਗੁਰੂ ਨਾਨਕ ਦੇਵ ਜੀ ਨੇ ਅਜਿਹੇ ਮਹਾਂਪੁਰਖ ਸਨ ਜਿਨ੍ਹਾਂ ਨੇ ਕਲਯੁੱਗ ਨੂੰ ਕਲਯੁੱਗ ਵਿੱਚ ਅਵਤਾਰ ਧਾਰਿਆ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਆਪ ਸਿੱਖ ਧਰਮ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੁਛ ਪੰਕਤੀਆਂ ਕਹਿਣਾ ਚਾਹਾਂਗੀ, ਫਿਰ ਦੇਖਿਆ ਖੁਆਬ ਸੇ 550ਵੇਂ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਬਾਣੀ ਦਰਸ਼ਨ ਚਾਨਣਾ ਪਾਇਆ ਹੈ, ਜਿਵੇਂ ਕਿ ਡਾਕਟਰ ਅਮਰ ਸਿੰਘ ਜੀ, ਡਾਕਟਰ ਧਰਮਜੀਤ ਸਿੰਘ ਜੀ, ਡਾਕਟਰ ਪ੍ਰਕਾਸ਼ ਸਿੰਘ ਜੀ। ਅੱਜ ਸਾਡੇ ਵਿੱਚ ਸ਼ਖਸੀਅਤ ਪ੍ਰਸਿੱਧ ਪੰਜਾਬੀ ਚਿੰਤਕ, ਨਾਵਲਕਾਰ, ਕਵੀ, IPS ਅਧਿਕਾਰੀ ਡਾਕਟਰ ਮਨਮੋਹਨ ਜੀ ਸ਼ਾਮਿਲ ਹਨ, ਜੋ ਕਿ ਅੱਜ ਸਾਡੇ ਨਾਲ ਗੁਰੂ ਸਾਹਿਬ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਡਾਕਟਰ ਲਖਵਿੰਦਰ ਸਿੰਘ ਬੇਦੀ ਜੀ, ਪ੍ਰੀਖਿਆ ਕੰਟਰੋਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਸਾਡੇ ਵਿਚਕਾਰ ਆ ਕੇ ਆਰੰਭਕ ਸ਼ਬਦ ਕਹਿਣ। ਡਾਕਟਰ ਲਖਵਿੰਦਰ ਸਿੰਘ ਬੇਦੀ ਜੀ, ਬੇਦੀ ਸਾਹਿਬ ਆਪਣੇ ਆਪ ਨੂੰ ਅਨਮਿਊਟ ਕਰਿਓ। ਬੇਦੀ ਸਾਹਿਬ, ਹਾਂਜੀ ਡਾਕਟਰ ਸਾਹਿਬ, ਹਾਂਜੀ ਆ ਰਹੀ ਆਵਾਜ਼ ਜੀ, ਆ ਰਹੀ। ਬੇਦੀ ਸਾਹਿਬ ਅਨਮਿਊਟ ਕਰਿਓ ਜੀ, ਦੁਬਾਰਾ ਅਨਮਿਊਟ ਕਰਿਓ। ਹਾਂਜੀ ਆ ਰਹੀ ਆਵਾਜ਼ ਜੀ, ਹੁਣ ਮਿਊਟ ਕਰਾ, ਕਿੱਥੋਂ ਕਰਾਂ ਫਿਰ? ਹਾਂਜੀ ਹਾਂਜੀ ਬੇਦੀ ਸਾਹਿਬ ਬੋਲੋ ਜੀ। ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੌਰਾਨ ਸਥਾਪਿਤ ਕੀਤੀ ਗਈ ਹੈ, ਜਿਸ ਦਾ ਮੂਲ ਮਨੋਰਥ ਗੁਰੂ ਨਾਨਕ ਸਾਹਿਬ ਦੇ ਪਾਵਨ ਉਪਦੇਸ਼ ਵਿਦਿਆ ਪ੍ਰਚਾਰੀ ਦੁਨੀਆ ਦੇ ਕੋਨੇ ਕੋਨੇ ਤੱਕ ਪਰਉਪਕਾਰ ਦੀ ਭਾਵਨਾ ਤਹਿਤ ਸੇਵਾ ਰਾਹੀਂ ਪਹੁੰਚਾਉਣਾ ਹੈ। ਇਸ ਮਨੋਰਥ ਦੀ ਪੂਰਤੀ ਹਿੱਤ ਸਤਿਕਾਰਯੋਗ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜੀ ਦੀ ਰਹਿਨਮਾਈ ਹੇਠ ਉਹਨਾਂ ਦੇ ਖਾਸ ਯਤਨਾਂ ਨਾਲ ਯੂਨੀਵਰਸਿਟੀ ਆਪਣੇ ਵਿਜ਼ਨ ਤੇ ਮਿਸ਼ਨ ਦੇ ਕਾਰਜ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਅਜੋਕੇ ਸਮੇਂ ਵਿੱਚ ਚੱਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਸਾਰਤਾ ਨੂੰ ਮੁੜ ਵਿਚਾਰਨ ਤੇ ਨਵੀਂ ਪੀੜ੍ਹੀ ਨੂੰ ਉਹਨਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਅਜਿਹੇ ਯਤਨਾਂ ਦੀ ਲੋੜ ਹੈ ਜੋ ਉਹਨਾਂ ਦੇ ਜੀਵਨ ਸਿਧਾਂਤਾਂ ਨੂੰ ਵਿਵਹਾਰਿਕ ਰੂਪ ਵਿੱਚ ਅਪਣਾਉਣ ਵਿੱਚ ਸਹਾਈ ਸਿੱਧ ਹੋ ਸਕਣ। ਸਾਡੀ ਯੂਨੀਵਰਸਿਟੀ ਵੱਲੋਂ ਇਸ 7 ਰੋਜ਼ਾ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਵੀ ਗੁਰੂ ਸਾਹਿਬ ਦੀ ਫਿਲਾਸਫੀ ਅਤੇ ਸੋਚ ਨੂੰ ਵਿਚਾਰ ਕਰਨਾ ਅਤੇ ਨਵੇਕਲੇ ਪੱਖਾਂ ਤੋਂ ਹੋਰ ਪਹਿਲੂਆਂ ਤੋਂ ਦੇਖਣਾ ਹੈ। ਇਸ ਅਧੀਨ ਸਾਡੇ ਦਰਮਿਆਨ ਅੱਜ 5ਵੇਂ ਦਿਨ ਇੱਕ ਉੱਘੇ ਲੇਖਕ ਤੇ ਚਿੰਤਕ ਡਾਕਟਰ ਮਨਮੋਹਨ ਜੀ ਸਾਡੇ ਰੂਬਰੂ ਹਨ।
ਡਾਕਟਰ ਮਨਮੋਹਨ ਜੀ ਇੱਕ ਸੀਨੀਅਰ ਪੁਲਿਸ ਅਫਸਰ ਹੋਣ ਦੇ ਨਾਲ ਨਾਲ ਇੱਕ ਡੂੰਘੇ ਕਵੀ ਚਿੰਤਕ ਅਤੇ ਭਾਸ਼ਾ ਵਿਗਿਆਨੀ ਵੀ ਹਨ। ਡਾਕਟਰ ਮਨਮੋਹਨ ਜੀ ਦਾ ਆਪਣਾ PhD ਦਾ ਖੋਜਕਾਲ ਦਸਮ ਗ੍ਰੰਥ ਵਿੱਚ ਮਿੱਥ ਰੂਪਾਂਤਰਣ ਵਿਸ਼ੇ ਉੱਪਰ ਹੈ। ਉਹ ਭਾਰਤੀ ਸਾਹਿਤ ਅਕੈਡਮੀ ਦੇ ਮੈਂਬਰ ਹਨ ਅਤੇ ਉਹਨਾਂ ਦੇ ਮਸ਼ਹੂਰ ਨਾਵਲ ਨਿਰਮਾਣ ਉੱਪਰ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਵੀ ਉਹਨਾਂ ਨੂੰ ਪ੍ਰਾਪਤ ਹੋਇਆ। ਡਾਕਟਰ ਮਨਮੋਹਨ ਉੱਕੇ ਦਾਰਸ਼ਨਿਕ ਅਤੇ ਆਲੋਚਕ ਹਨ। ਉਹਨਾਂ ਨੇ ਆਲੋਚਨਾ ਨਾਲ ਸੰਬੰਧਿਤ ਬਹੁਤ ਸਾਰੀਆਂ ਖੋਜ ਪੁਸਤਕਾਂ ਲਿਖੀਆਂ ਹਨ। ਡਾਕਟਰ ਮਨਮੋਹਨ ਆਲੋਚਨਾ ਦੇ ਨਾਲ ਨਾਲ ਕਵਿਤਾ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਾਵਿ ਪੁਸਤਕਾਂ ਪਾਠਕਾਂ ਵਿੱਚ ਹਰਮਨ ਪਿਆਰੀ। ਅਸੀਂ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿੱਚ ਇਸ ਗੱਲ ਦਾ ਮਾਣ ਪ੍ਰਾਪਤ ਕਰਦੇ ਹਾਂ ਕਿ ਇੱਕ ਪੁਲਿਸ ਆਫਿਸਰ ਦੇ ਹੋਣ ਦੇ ਨਾਲ ਨਾਲ ਇੱਕ ਜੋ ਕਵਿਤਾ ਦੇ ਨਾਲ ਜੁੜੇ ਹੋਏ ਹਨ, ਸਾਹਿਤ ਦੇ ਨਾਲ ਜੁੜੇ ਹੋਏ ਹਨ, ਉਸ ਸ਼ਖਸੀਅਤ ਨੂੰ ਅਸੀਂ ਅੱਜ ਆਪਣੀ ਯੂਨੀਵਰਸਿਟੀ ਦੇ ਇਸ 7 ਰੋਜ਼ਾ ਲੈਕਚਰ ਸੀਰੀਜ਼ ਵਿੱਚ ਜੀਆਂ ਹੈ। ਥੈਂਕ ਯੂ ਪਰਮਪ੍ਰੀਤ ਜੀ। ਡਾਕਟਰ ਪਰਮਪ੍ਰੀਤ ਤੁਸੀਂ ਨਾ ਕੰਟੈਕਟ ਨੰਬਰ ਲੈ, ਮੈਂ ਤੁਹਾਨੂੰ ਵਟਸਐਪ ਕਰਾਂ, ਮੈਂ ਕਰ ਦਿੰਦਾ, ਮੈਂ ਲੈਕਚਰ ਕਰਾ ਕੇ ਮੈਂ ਤੁਹਾਨੂੰ ਅੱਧੇ ਪੌਣੇ ਘੰਟੇ ਬਾਅਦ ਭੇਜ ਦਿੰਦਾ। ਜਿਹੜੇ ਐਕਟ ਹੈ ਨਾ ਉਹਦੀ ਕਾਪੀ ਤੁਹਾਨੂੰ ਭੇਜੋ। ਸਰ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਸੰਧੂ ਜੀ ਨੂੰ, ਜਿਸ ਨਾਲ ਜਗਤ ਸਾਡੇ ਨਾਲ ਫੋਨ ਤੇ ਗੱਲ ਕਰਾ ਰਹੀ ਸੀ। ਫੋਨ ਨੰਬਰ ਲੈ, ਭਾਈ ਦਾ ਫੋਨ ਨੰਬਰ ਲੈ ਲੈ, ਡਾਕਟਰ ਕਰਮ ਜੀ, ਕਰਮ ਸਿੰਘ ਸੰਧੂ ਜੀ। ਠੀਕ ਹੈ, ਚਲੋ ਸਰ। ਅੱਜ ਦੇ ਇਸ 7 ਰੋਜ਼ਾ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪਰਬ ਦੀ ਨੂੰ ਸਮਰਪਿਤ ਹੈ, ਉਸ ਦੇ ਮੁੱਖ ਮਹਿਮਾਨ ਡਾਕਟਰ ਮਨਮੋਹਨ ਸਿੰਘ ਜੀ, ਜਿਸ ਤਰ੍ਹਾਂ ਕਿ ਬੇਦੀ ਸਾਹਿਬ ਨੇ ਦੱਸਿਆ ਕਿ ਡਾਕਟਰ ਮਨਮੋਹਨ ਜੀ ਬੜੇ ਉੱਚ ਕੋਟੀ ਦੇ ਪੰਜਾਬੀ ਦੇ ਸਾਹਿਤ ਦੇ ਚਿੰਤਕ ਨੇ, ਨਾਵਲਕਾਰ ਨੇ, ਤੇ ਮੈਂ ਆਪਣੇ ਵੱਲੋਂ ਵੀ ਉਹਨਾਂ ਦਾ ਸਵਾਗਤ ਕਰਦਾ। ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਇਹ ਜੋ 7 ਦਿਨਾਂ ਦਾ ਆਨਲਾਈਨ ਲੈਕਚਰ ਸੀਰੀਜ਼ ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ, ਇਸ ਥੀਮ ਦੇ ਤਹਿਤ ਕਰਵਾ ਰਹੀ ਹੈ। ਔਰ ਅੱਜ ਤੁਸੀਂ ਡਾਕਟਰ ਮਨਮੋਹਨ ਜੀ, ਤੁਸੀਂ ਸਾਡੇ 5th ਜਿਹੜੇ ਬੜੇ ਰਿਨਾਊਂਡ ਸਪੀਕਰ ਹੋ। ਇਸ ਤੋਂ ਪਹਿਲਾਂ ਮੈਂ ਥੋੜ੍ਹਾ ਦੱਸਾਂ ਕਿ ਪਹਿਲੇ ਸਾਡੇ ਸਪੀਕਰ ਸੀਗੇ ਸਰਦਾਰ ਜਸਵੰਤ ਜਫਰ ਜੀ, ਜਿਨ੍ਹਾਂ ਨੂੰ ਤੁਸੀਂ ਬੜੇ ਚੰਗੇ ਤਰੀਕੇ ਨਾਲ ਜਾਣਦੇ ਹੋ, ਡਾਕਟਰ ਅਮਰਜੀਤ ਗਰੇਵਾਲ ਜੀ, ਡਾਕਟਰ ਧਰਮਜੀਤ ਸਿੰਘ ਜੀ ਜੋ ਕਿ ਵਾਈਸ ਚਾਂਸਲਰ ਨੇ, ਔਰ 4th ਵਨ ਸੀਗੇ ਡਾਕਟਰ ਪ੍ਰਕਾਸ਼ ਸਿੰਘ ਜੀ, ਔਰ ਅੱਜ ਤੁਸੀਂ 5th ਸਾਡੇ ਸਪੀਕਰ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਸ਼ਬਦ ਕਹੋ, ਮੈਂ ਜ਼ਰੂਰ ਕੁਛ ਗੁਰੂ ਨਾਨਕ ਦੇਵ ਜੀ ਦੇ ਉਹ ਜਿਹੜੇ ਉਪਦੇਸ਼ ਹੈ, ਜਿਹੜੀਆਂ ਉਹਨਾਂ ਦੀਆਂ ਟੀਚਿੰਗ ਹੈ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੂੰਗਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਅਗਰ ਇੰਪੋਰਟੈਂਟ ਟੀਚਿੰਗ ਦੀ ਗੱਲ ਕੀਤੀ ਜਾਵੇ ਤੇ ਉਹ ਸਾਨੂੰ ਉਹਨਾਂ ਨੇ ਨਾਮ ਜਪ, ਕਿਰਤ ਕਰ ਔਰ ਵੰਡ ਛਕ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਵਰਕ ਵਰਸ਼ਿਪ ਐਂਡ ਸ਼ੇਅਰ, ਇਹਦੀ ਗੱਲ ਕੀਤੀ ਹੈ। ਯਾਨੀ ਜਦੋਂ ਆਪਾਂ ਨਾਮ ਜਪ ਦੀ ਗੱਲ ਕਰਦੇ ਹਾਂ ਨਾ, ਉਦੋਂ ਇਹ ਲੱਗਦਾ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਗੱਲ ਉਹ ਕਹਿ ਰਹੇ ਆ ਗੁਰੂ ਨਾਨਕ ਦੇਵ ਜੀ। ਉਹ ਇਹ ਗੱਲ ਕਹਿ ਰਹੇ ਹੈ ਕਿ ਇੰਡੀਵਿਜੁਅਲਸ ਦੀ ਜਿਹੜੀ ਮੈਂਟਲ ਐਂਡ ਸਪਿਰਚੁਅਲ ਡਿਵੈਲਪਮੈਂਟ ਹੈ ਨਾ, ਉਹ ਇਹਦੇ ਨਾਲ ਹੀ ਹੋ ਸਕਦੀ ਹੈ। ਔਰ ਐਜੂਕੇਸ਼ਨ ਦੀਆਂ ਜਿਹੜੀਆਂ ਡਿਫਰੈਂਟ ਸਟੇਜਿਸ ਹੈ ਜਿੱਥੇ ਆਪਾਂ ਕੰਮ ਕਰਦੇ ਹਾਂ, ਔਰ ਇਹ ਵੀ ਸੋਚਦੇ ਹਾਂ ਕਿ ਵਿਅਕਤੀ ਨੂੰ ਅਗਰ ਡਿਵਾਈਨ ਟਰੁੱਥ ਦਾ ਜਿਹੜੇ ਰਿਅਲਾਈਜੇਸ਼ਨ ਹੈ ਉਹ ਕੇਵਲ ਤੇ ਕੇਵਲ
डिवेलपमेंट ऑफ साइंटिफिक जो एक परस्पेक्टिव है एक वो बड़ा इंपॉर्टेंट है और दूसरा जो आर्टिस्टिक जो विजन है किसी व्यक्ति का वो भी उस बहुत वड्डा रोल प्ले करता है। इसे तरीके ना क्रिएटिव जो एटीट्यूड है वो हमेशा होना चाहिए है। और जी स्पिरिचुअल स्ट्रेंथ है वो भी ऐटोमैटिकली फिर ग्रेजुअली वो डिवेलप होगी और व्यक्ति उस वल वधूगा। और जी नाम जाप की गल की जाती है तो वो इंसान नू अपने आप नू जो जानूगा तो अच्छा इंसान तो बनूगा ही लेकिन समाज वास्ते भी वो सरोपरि होएगा और एक एसेट बनूगा। और दूसरी मैं गल करदा कि जी किरत की गल की है जिस वर्क की गल करते हैं या चिंता मुक्त होके काम करने की गल की जाती है उदे विच अगर मैं एक एग्जाम्पल ना गल करा कि उन्होंने उस वेले किरत की गल की है और उन्होंने किरत नू खुद भी हंडाया और अपने जीवन च उन्हूं अपनाया। आपां गुरु नानक देव जी नू एक संत दे रूप दे विच आज जरूर देखते हैं भी इस तरह उन्होंने उस परस्पेक्टिव च उन्होंने साडा एक नजरिया वा देखण दा लेकिन उन्हों का जीवन अपने आप बहुत एक संघर्षमई एक हार्ड जीवन जरा वा किरत वाला उस तरह का रहा। लेकिन अज सानू लगता है कि जिस तरह जसवंत जफर जी दी जिहड़ियां कुछ किताबां आपां कह सकते हैं उन्हां दे जिच उन्होंने लिखा कि नानक किवें जाणीए लेटेस्ट उन्हां दी बुक आई और एक उन्होंने कहा असी नानक दे की लगदे हैं। ये मतलब जिहड़े टाइटल है ना अपने आप बड़े क्वेश्चन मार्क खड़ा करते हैं। एक उन्हां दी बुक का टाइटल है ए बंदा की हुंदा है मतलब कि मैं ये संदर्भ च ये गल करदा कि जिहड़ियां बड़ियां कौड़ी और सच की गल है वह जसवंत जफर दे विच वो बड़ा सत है उस तरीके का वह गल नूं कहण दा। उसे तरीके ना कि अज दे परस्पेक्टिव जदों आपां लोकां नूं देखदे हैं जदों आपां बहुत सारे लोकां नूं मिलदे हैं और जिन्हां लोकां नूं काम की लोड़ हुंदी है और उस वक्त आके जो उन्हूं मैं कहां ना भी तुसीं आके तुहानूं जॉब की लोड़ है मैं तुहानूं एक महीने का टाइम दिना पहला मैं तुहानूं देखूंगा भी तुसीं किस तरह काम करते हो किस तरह करिया करोगे वह व्यक्ति हमेशा टाइम तो पहला आऊगा टाइम तो बाद जाऊगा लेकिन जदों वह जॉब उन्हूं असाइन हो जाएगी रेगुलर तौर पर तो वह जिहड़ा एटीट्यूड है अपने काम के प्रति असीं देखते हैं अज भी जिहड़ा प्राइवेटाइजेशन का कंसैप्ट है ना वह इसे ते निर्धारित है लोगों को देखते हैं कि जदों वह उन्होंने प्राप्त हो जाता है फिर नॉन सीरियसनैस आती है फिर बहुत सारे एक्सक्यूजेज आते हैं फिर टाइम जिहड़ा जे 9 बजे है तो 10 बजे हो जाएगा भी मैं लेट भी काम करूँगा लेट काम नहीं करना सब तो पहला फिर चल जाना। इस तरह का जिहड़ा एटीट्यूड है ये जिहड़ी किरत की आपां गल करते हैं काम की है गुरु नानक देव जी ने बड़े अच्छे शब्दों च समझाउण दी समाज नूं वधिया बनाउण दी गल कीती है। इसे तरीके नाल ही जिहड़ी वंड दी गल करदे आ कि जिहड़ा डिस्ट्रीब्यूशन है अंग मंग ऑल द पीपल्स वह इक्वल होना चाहिए पर यह की हो पाया की कीता सरकारां ने व्यक्तियों ने समाज ने की इहदे वास्ते कुछ अगे कुछ स्टैप लिया जो उन्होंने शिक्षा दी ही अं कितों तक पूरा कर सके या करने की कभी कोशिश की जिथे जिथे भी असं है। और उन्होंने एक गल बड़ी वधिया की कि संसार नूं जिहड़ा जितना ना वो पहला अपने आप नूं जितने की गल मन जीते जग जीत ये उन्होंने एक मैसेज पूरे वर्ल्ड नूं दिता है और इहदे नाल नाल उन्होंने एक नवी सोच और नवी दिशा जिहड़ी है समाज नूं जरूर दिती है और हमेशा उन्होंने एको गल की है कि परमात्मा जिहड़ा वा वो वन है एक अमकार है। इस तरीके ना जिहड़ियां सोशल रिस्पोंसिबिलिटीज है या जिहड़े सोशल चेंजेस है यह हमेशा हुंदे रहने हैं लेकिन ये उदों तरीके नाल कोई व्यक्ति अच्छे ढंग नाल लै सकदा जदों वो समाज एक अच्छा अपने आप नूं प्रूव करेगा वो जप किरत और जिहड़ी वंड है ना उते वो खरा उतरन दी गल करूगा। बहुत सारे गुरु नानक देव जी ने बहुत खंडन भी किया वा जिहदे विच उन्हें भगती या मोक्ष की जिहड़ी गल करदे आ मूर्ति पूजा की जिहड़ी गल की जाती है वह भी उन्होंने खंडन किया वा लेकिन एक मैसेज भाईचारे का एकता का और जातिवाद का जिहड़ा खंडन है इहदा उपदेश भी उन्होंने नाल नाल किया। लेकिन एक बहुत वड्डी गल जिहड़ी मैं कहना कि वीमेंस जिहड़ी राइट्स है ना उहदे बारे उन्होंने बहुत कुछ किया लिखिया
कि जिहड़ी है चाहे आपां इह गल जरूर देखो उन्होंने नेचर दे नाल भी इह सारियां चीज़ां नूं कोरलेट किया। नेचर का भी उन्ना ही वड्डा रोल है जिस तरह समाज की वधिया बनतक किवें हो सकती है। जिस तरह डॉक्टर अमरजीत गरेवाल जी ने गल कही सी अज सानूं लोड़ हैगी है कि अपने समाज नूं रीकंस्ट्रक्ट करन दी, क्योंकि वह बड़े विजनरी और बड़ी दूर की गल करते हैं, बड़ा सोचते बहुत दूर तक है कि समाज की नवी जी बनतर किस तरह बन सकती है, वो ब्योंतबंदी किमें हो सकती है, समाज वधिया ते अच्छा किमें हो सकता है। बहुत सारा उन्होंने अपने लैक्चर से गल्लां कीतियां सी, मैं वो गल नहीं रिपीट करना चाहता, लेकिन यह बड़ा इंपॉर्टेंट है कि गुरु नानक देव जी ने उदों ही पवन पिता पाणी पाणी पिता पवन गुरु पाणी पिता माता धरत महत जी गल की है ना, वो जो मैं ये गल करदा कि जी विमेंस दी राइट की गल की जाती है उसने माँ की सिस्टर की बिलवड की या जो बाकी रिश्ते है उन्हें कहा भी इस चीज़ का बड़ा जरा समाज में उच्चा थान होना चाहिए है। उस तरह की उन्हें गल की है उन्होंने चीज़ा सारिया उन्होंने दूर करते हुए, लेकिन की समाज इस तरह हो पाया ये अपने आप सवाल है। इस करके बहुत सारे जो क्वेश्चन है आप अज जो एक परसपैक्टिव उन्होंने देखते हैं पढ़ते हैं या सोचते हैं या ऑब्जरवेशन साड़ी इस तरह समाज होंगी है तो बड़े क्वेश्चन जोड़े है वो रेज होंगे है। तो इस तरीके हर लैक्चर चो बड़ा कुछ देखा जिन्हें भी साढ़े स्पीकर अच्छे अच्छे आए हैं उन्होंने बहुत सारे उस तरह के एक मैसेज देने की कोशिश की है जिन्ना समाज अच्छा हो सकता है या एक व्यक्ति या जे विद्वान स्रोते साढ़े जुड़े है वो अपने जीवन की चेंज लिया सकते हैं या बना सकते हैं समाज को अच्छा बनाने वास्ते की कर सकते हैं। सानू लगता है कि ये जी सीरीज है बहुत अच्छी रहेगी और एक सानू बड़ा अच्छा एक मैसेज भी दे के जाऊगी। तो मैं अपने वाइस चांसलर डॉक्टर करमजीत जी का धन्यवाद करता कि उन्होंने ये सोचा उन्होंने ये सोच सी जिते ध्यान च रखते हुए ये जी लैक्चर सीरीज जी है वह शुरू की गई। तो एक बार मैं फिर सारे जो विद्वान है स्रोते हड़े जुड़े उन्होंने धन्यवाद करता और स्पैशली अज के जो मुख्य वक्ता ने डॉक्टर मनमोहन जी मैं उन्होंने भी स्वागत करता। थैंक यू मेरी गल सुन ए लिया तू सौ परमप्रीत मैडम अनम्यूट करो अपने आप नूं अनम्यूट। संधु सर बहुत बहुत धन्नवाद। अज दे साडे प्रमुख वक्ता डॉक्टर मनमोहन साहित्य अकैडमी पुरस्कार विजेता आते सीनियर आईपीएस अधिकारी हन। आप जी का साहित्यक सफर ग्रेजुएशन दौरान शुरू होया जदों आप जी ने पहली कविता अगले चौराहे तक छपी सी। इस तो बाद आप जी ने गुरु गोबिंद सिंह जी दे मिथिहासिक कविता दे पीएचडी कीती ते अज तक आप जी ने बहुत सारियां कवितावां नावल अते अनुवाद कीते। अज भी आप जी दा ए सफर जारी है। हुण मैं सद्दा दिंदी हाँ डॉक्टर मनमोहन जी नूं कि ओ साडे नाल आके अपना गूढ़ा ज्ञान सांझा करन। डॉक्टर मनमोहन जी सब तो पहला तो मैं जगत गुरु नानक देव पंजाब स्टेट ओपन यूनिवर्सिटी वालों ये उन्हां दे 552वें प्रकाश उत्सव ते जिहड़ी 7 रोजा ऑनलाइन लैक्चर सीरी है उहदे च शामिल होण दा मैनूं मौका दिता उस लई मैं धन्नवादी मैं श्री डॉक्टर धर्म सिंह संधु डॉक्टर बेदी डॉक्टर अमरजीत डॉक्टर परमप्रीत डॉक्टर पिंकी सराज भी धन्यवादी है कि वो उन्होंने मैनू इस लायक समझिया। मेरे इस लैक्चर का दो पड़ा होंगे पहला तो मैं ये दसना चाहवागा कि गुरु नानक साहब दियां जिहड़ियां बाणियां ने जप जपजी साहब वो उन्हां दी जिहड़ी दार्शनिकता है उस नाल संबंधित
सारी बाणी है जेदे चो कर्म खंड धर्म खंड शर्म खंड ज्ञान खंड की गल करते पर उन्हां दी जिहड़ी बाणी सिद्ध गोष्ठ दक्षिण ओंकार है ये उन्हां दे जिहड़ी व्यवहारक जीवन प्रति जिहड़ी व्यवहारक पहुंच है उस उपर एक गूढ़ा दार्शनिक गोष्ठ है। दक्षिणी ओंकार का मुख मकसद सीगा कि जिहड़े भारत के होर हिस्से ने होर सभ्यतावान ने होर समाज ने उन्हां तक पहुंचण दा उदे तो पहला जिहड़ी सिद्ध गोष्ठ बाणी है ओ उन्हां दे दर्शन प्रति जिहड़ा व्यवहारक अमल और व्यवहारक पहुंच और समझ दी पूरी जिहड़ी आ ओ प्रतिरूप है ओ बाणी सिद्ध गोष्ठ। सो मेरे अज दे लैक्चर दा जिहड़ा मुख केंद्र रहेगा ओ सिद्ध गोष्ठ आधारित रहेगा। उसका कारण यह है कि वर्तमान समय दे विच जिस दौर चो मानवता लंघ रही है और उन्हां दे इस 552वें जन्म वरे ते और जिस तरह 2019 च उन्हां दा 550वां जन्म वरा मनाया गया उहदे प्रसंग दे विच सिद्ध गोष्ठ दा की महत्व और की महात्म बनता है उहदे बारे मैं अपनी गल करना चाहांगा। पर इस दे नाल नाल मैं सिद्ध गोष्ठ दा जिहड़ा दार्शनिक परिपेख है किस दार्शनिकता नूं उह संबोधित है और अपना एक की दर्शन दा एक परिपेख बनाउंदी है उहदे बारे मैं गल करांगा। जिस तरह मैं पहले कह चुका हैगा कि गुरु नानक साहब दीआं जिहड़ियां सिद्ध गोष्ठ भी जपजी साहब दक्षिणी ओंकार ते 12 माह वांग एक लंबी बाणी है। ये गुरु ग्रंथ साहब दे 938वें अंग तो लैके 946 अंग तक फैली हुई है। तो ये जिहड़ी है गुरु रामकली राग दे विच उचारी गई है। इस बाणी का पाठ ये दसदा है कि सिद्धां ने प्रश्न किए ते गुरु साहब ने उस दे उत्तर दिते। इसे करके इसनूं गोष्ठ कहा जाता है। इट इज ए डिबेट ओवर अ सर्टन थियोलॉजिकल एंड रिलीजियस इश्यूज। सिद्ध मत अपने साधन दस गुरु जी नूं योगी बनाउण लई प्रेरदा है पर गुरु नानक देव ने यह प्रस्ताव स्वीकार नहीं करदे और अपने मत नूं ओ चंगेरा ते उत्तम दसते हैं। इस गोष्ठ के कुछ प्राप्तिक सिद्धांतों उत्ते भी चर्चा हुई पर सिद्धा दीआं प्राप्तिक मानतावां दा सिद्धा ते स्पष्ट वर्णन दिखाई नहीं दिंदा। इसलिए इस लेख च सिद्धा दे निश्चय जो उन्हां नूं उन्हां दीआं पुछां ते आधारित हन उन्हां नूं ही गुरु नानक देव नाल होए गोष्ठ दे दार्शनिक परिपेख चों व्याख्या मैं करांगा। पतंजलि दे योग सूत्र च भी ज्यादा साधन पक्ष उत्ते ही बल दिता गया है। इसका कारण यह है कि सिद्ध योगियां दे प्राप्तिक सिद्धांत उही हन जो कपिल ऋषि दे सांख शास्त्र च प्रगट होए हन। ऋषि कपिल परमात्मा दे वजूद तो अनकारी है क्योंकि उसका कहना है कि पुरुष अणगिणत हन। जगत दी सिरजनहार प्रकृति है अते पुरुष आकृति है। ਉਹ ਕੈਵਲਿਅ ਸਰੂਪ ਹੈ ਭਾਵ ਪ੍ਰਕਿਰਤੀ ਤੋਂ ਬਹੁਤ ਭਿੰਨ ਤੇ ਬਿਲਕੁਲ ਵੱਖਰਾ ਹੈ। ਇਸ ਲਈ ਇਹ ਉਹ ਨਿਰਗੁਣ ਹੈ। ਉਹ ਸਾਖੀ ਹੈ ਪਰ ਉਸਦਾ ਕਿਸੇ ਨਾਲ ਹਿੱਤ ਨਹੀਂ। ਉਹ ਦ੍ਰਿਸ਼ਟਾ ਵੀ ਹੈ ਪਰ ਉਹ ਸਿਰਫ ਦੇਖਦਾ ਹੀ ਨਹੀਂ ਸਮਝਦਾ ਤੇ ਬੁੱਝਦਾ ਹੈ। ਨਾ ਉਹ ਉਤਪੰਨ ਹੋਇਆ ਹੈ ਔਰ ਨਾ ਹੀ ਕੁਝ ਉਤਪੰਨ ਕਰਦਾ ਹੈ। ਸੋ ਸਿੱਧ ਗੋਸ਼ ਦਾ ਆਰੰਭ ਸਿੱਧਾ ਵੱਲੋਂ ਗੁਰੂ ਨਾਨਕ ਨੂੰ ਪੁੱਛੇ ਇਸ ਪ੍ਰਸ਼ਨ ਨਾਲ ਹੁੰਦਾ ਹੈ। ਆਦਿ ਕਉ ਕਵਨ ਵਿਚਾਰ ਕਥਿਆਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁਦਰਾ ਕਵਨ ਕਥਿਆਲੇ ਘਟ ਘਟ ਕਵਨ ਨਿਵਾਸੋ। ਇਹਦਾ ਭਾਵ ਇਹ ਹੋਇਆ ਕਿ
ਉਹ ਪੁੱਛਦੇ ਨੇ ਜਗਤ ਦੀ ਆਰੰਭ ਸਿਰਜਣਾ ਬਾਰੇ ਆਪਣੇ ਵਿਚਾਰ ਦੱਸੋ। ਗੁਰੂ ਸਾਹਿਬ ਨੂੰ ਪੁੱਛਦੇ ਨੇ ਉਸੇ ਉਸ ਸਮੇਂ ਬ੍ਰਹਮ ਦਾ ਵਾਸ ਕਿੱਥੇ ਸੀ, ਗਿਆਨ ਦੀ ਪ੍ਰਾਪਤੀ ਲਈ ਕਿਹੜੀ ਮੁਦਰਾ ਤੇ ਕਿਹੜਾ ਸੰਜਮ ਸਹੀ ਹੈ ਉਹ ਦੱਸੋ। ਹਰ ਅੰਤਕਰਨ ਅੰਦਰ ਦਾ ਉਸਦਾ ਨਿਵਾਸ ਕਿੱਥੇ ਹੈ? ਗੁਰੂ ਨਾਨਕ ਸਾਹਿਬ ਇਸਦਾ ਉੱਤਰ ਦਿੰਦੇ ਨੇ, ਆਦਿ ਕਉ ਬਿਸਮਾਦ ਵਿਚਾਰੇ ਕਥਿਆਲੇ ਸੁਨ ਨਿਰੰਤਰ ਵਾਸ ਲਿਆ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰਲੇ ਘਟ ਘਟ ਸਾਚਾ ਸਰਬ ਜੀਆ। ਭਾਵ ਇਸਦਾ ਕਹਿਣ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਗਤ ਦੀ ਸਿਰਜਣਾ ਹੋਈ ਇਹ ਵਿਚਾਰ ਚ ਵਿਸਵਾਦ ਹੈ, ਬ੍ਰਹਮ ਹਰ ਥਾਂ ਵਿਆਪਕ ਹੈ, ਗਿਆਨ ਦਾ ਸੰਜਮ ਮਨ ਨੂੰ ਇਕਾਗਰ ਕਰਨਾ ਹੈ ਅਤੇ ਇਸ ਨਾਲ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸੱਚ ਸਾਰੇ ਜੀਵਾਂ ਦੇ ਅੰਤਕਰਨ ਚ ਵਸਦਾ ਹੈ। ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜਗਤ ਸੱਚ ਜਾਣੇ ਸੋਈ, ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਏ ਸੋਈ। ਉਹਨਾਂ ਦਾ ਕਹਿਣ ਤੋਂ ਭਾਵ ਹੈ ਹੁਕਮ ਜੋ ਵਿਸਮਾਦ ਰੂਪ ਹੈ ਉਸਦੀ ਪਛਾਣ ਨਾਲ ਹਉਮੈ ਦਾ ਨਾਸ ਹੁੰਦਾ ਹੈ ਅਤੇ ਇਸ ਨਾਲ ਸੰਸਾਰਕ ਆਸ਼ਿਆਂ ਤੋਂ ਨਿਰਲੇਪ ਹੋ ਸੱਚ ਦਾ ਗਿਆਨ ਹੁੰਦਾ ਹੈ ਅਤੇ ਜਿਸ ਘੱਟ ਭਾਵ ਅੰਤਕਰਨ ਅੰਦਰ ਸੱਚ ਦਾ ਵਾਸ ਹੋ ਜਾਵੇ ਉਹ ਹੀ ਯੋਗੀ ਹੈ। ਪ੍ਰਸਿੱਧ ਯੋਗੀ ਤਾਂ ਸਾਖ ਮੰਤ ਅਨੁਸਾਰ ਈਸ਼ਵਰ ਪੁਰਸ਼ ਤੇ ਪ੍ਰਕਿਰਤੀ ਨੂੰ ਤਿੰਨ ਸਦੀਵੀ ਹੁੰਦਾ ਮੰਨਦੇ। ਇੱਥੇ ਹੀ ਜਿਹੜਾ ਕੌਨਫਲਿਕਟ ਆਫ ਵਿਊਜ਼ ਹੈ ਸਿੱਧਾ ਤੇ ਗੁਰੂ ਨਾਨਕ ਦਾ ਪ੍ਰਤੱਖ ਰੂਪ ਚ ਸਾਹਮਣੇ ਆਉਂਦਾ ਹੈ। ਚੇਤਨਾ ਪੁਰਸ਼ ਦਾ ਗੁਣ ਨਹੀਂ ਇਸਦਾ ਯਥਾਰਥ ਹੈ ਤੇ ਕੇਵਲ ਇਸਦਾ ਸਦੀਵੀ ਸੁਭਾਅ ਹੈ। ਗਿਆਨ ਇੰਦਰੀਆਂ ਦੇ ਨਸ਼ਟ ਹੋ ਜਾਣ ਤੇ ਇਸਦਾ ਸਖੀਪਨ ਤੇ ਉਦਾਸੀਪਨ ਬਿਨਸ ਜਾਂਦਾ ਹੈ। ਇੰਜ ਧਿਆਨ ਵੀ ਇਸਦਾ ਗੁਣ ਨਹੀਂ ਬਲਕਿ ਯਤਨ ਹੈ। ਪੁਰਸ਼ ਆਕ੍ਰਿਤੀ ਹੈ ਇਸ ਲਈ ਆਨੰਦ ਸਰੂਪ ਨਹੀਂ। ਪ੍ਰਕਿਰਤੀ ਤਿੰਨਾਂ ਗੁਣਾਂ ਦੇ ਸੰਤੁਲਨ ਦੀ ਅਵਸਥਾ ਹੈ ਅਤੇ ਜਦੋਂ ਪੁਰਸ਼ ਦੇ ਨਾਲ ਇਸ ਚ ਹਰਕਤ ਪੈਦਾ ਹੁੰਦੀ ਹੈ ਤਾਂ ਸਿਰਜਣ ਹੁੰਦਾ ਹੈ। ਪ੍ਰਕਿਰਤੀ ਤੋਂ ਮਹੱਤ ਜਾਂ ਬੁੱਧੀ, ਫਿਰ ਅਹੰਕਾਰ, ਇਸ ਤੋਂ ਸਤੋ ਗੁਣ ਦੇ ਪ੍ਰਭਾਵ ਨਾਲ ਮਨ, ਰਜੋ ਗੁਣ ਦੇ ਪ੍ਰਭਾਵ ਨਾਲ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਅਤੇ ਤਮੋ ਗੁਣ ਦੇ ਪ੍ਰਭਾਵ ਨਾਲ ਪੰਜ ਤਨ ਮਾਤਰ ਭਾਵ ਸ਼ਬਦ ਸਪਰਸ਼ ਰੂਪ ਰਸ ਗੰਧ ਅਤੇ ਪੰਜ ਭੂਤ ਭਾਵ ਆਕਾਸ਼ ਵਾਯੂ ਅਗਨੀ ਪ੍ਰਾਣੀ ਪਾਣੀ ਤੇ ਪ੍ਰਿਥਵੀ ਪੈਦਾ ਹੁੰਦੇ ਹਨ। ਸ੍ਰਿਸ਼ਟੀ ਦਾ ਪ੍ਰਯੋਜਨ ਹੈ ਕਿ ਪੁਰਸ਼ ਪ੍ਰਕਿਰਤੀ ਦਾ ਗਿਆਨ ਪ੍ਰਾਪਤ ਕਰਕੇ ਆਪਣੀ ਪਹਿਚਾਣ ਕਰ ਸਕੇ ਅਤੇ ਮੁਕਤੀ ਨੂੰ ਪ੍ਰਾਪਤ ਹੋ ਸਕੇ। ਮੁਕਤੀ ਸਦੀਵੀ ਹੈ ਅਤੇ ਪੁਰਸ਼ ਜੀਵਨ ਤੋਂ ਮੁਕਤ ਹੈ, ਮੁਕਤ ਵੀ ਹੋ ਸਕਦਾ ਹੈ। ਇਸ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਵਿਗਤੋ ਨਿਰਮਾਇਲੋ ਉਪਜੇ ਨਿਰਗੁਣ ਤੇ ਸੁਰਗੁਣ ਥੀਆ, ਸਤਿਗੁਰ ਪਰਚੇ ਪਰਮ ਪਦ ਪਾਇਆ ਸਾਚੇ ਸ਼ਬਦ ਸਮਾਏ ਲਿਆ, ਏਕੇ ਕੋ ਸੱਚ ਏਕਾ ਜਾਣੇ ਹਉਮੈ ਦੂਜਾ ਦੂਰ ਕੀਆ, ਜੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪ੍ਰਗਾਸ ਕੀਆ। ਕਹਿਣ ਦਾ ਭਾਵ ਹੈ ਕਿ ਨਿਰਗੁਣ ਬ੍ਰਹਮ ਤੋਂ ਮਾਇਆ ਰਹਿਤ ਈਸ਼ਵਰ ਉਪਜਦਾ ਹੈ, ਜੋ ਨਿਰਗੁਣ ਤੋਂ ਸੁਰਗੁਣ ਹੋ ਜਾਂਦਾ ਹੈ ਅਤੇ ਸ਼ਬਦ ਨਾਮ ਦਾ ਅਨੁਭਵ ਹੁੰਦਾ ਹੈ। ਨਿਰਗੁਣ ਤੇ ਸੁਰਗੁਣ ਦੀ ਦੁਵੈਤ ਸਿਰਫ ਸੁਵਿਧਾ ਲਈ ਹੈ। ਦਰਅਸਲ ਅਸਲ ਚ ਤਾਂ ਸੁਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧ ਆਪ ਹੀ ਹੈ, ਭਾਵ ਸੁਰਗੁਣ ਤੇ ਨਿਰਗੁਣ ਅਵਸਥਾ ਇੱਕੋ ਹੀ ਹਸਤੀ ਦੇ ਦੋ ਰੂਪ ਹਨ। ਇਸ ਸੱਚ ਨੂੰ ਉਹ ਹੀ ਜਾਣ ਸਕਿਆ ਹੈ ਜੋ ਹਉਮੈ ਦੀ ਦੁਵੈਤ ਤੋਂ ਉੱਪਰ ਉੱਠ ਜਾਂਦਾ ਹੈ। ਪੰਥ ਤੇ ਚੱਲਦਾ ਉਸਦਾ ਮਨ ਰੂਪ ਕਮਲ ਖਿੜ ਜਾਂਦਾ ਹੈ ਤੇ ਫਿਰ ਉਹਨਾਂ ਕੋਲ ਫਿਰ ਪ੍ਰਸ਼ਨ ਪੁੱਛਦੇ ਨੇ ਸਿੱਧ ਕਿਤ ਕਿਤ ਬਿਧ ਉਪਜੇ ਪੁਰਖਾ ਨਾਮ ਵਿਸਾਰੀਏ ਦੁੱਖ ਪਾਈ, ਤੇ ਫਿਰ ਗੁਰੂ ਨਾਨਕ ਸਾਹਿਬ ਇਹਦਾ ਉੱਤਰ ਦਿੰਦੇ ਨੇ ਹਉਮੈ ਵਿੱਚ ਜੁਗ ਉਪਜੇ ਪੁਰਖਾ ਨਾਮਕ ਵਿਸਰੀਏ ਦੁੱਖ ਪਾਈ, ਕਿ ਹਉਮੈ ਨਾਲ ਹੀ ਸਾਰੇ ਜਿਹੜੇ ਆ ਉਹ ਦੁੱਖ ਪੈਦਾ ਹੁੰਦੇ। ਸਾਖ ਮਤ ਅਨੁਸਾਰ ਪ੍ਰਕਿਰਤੀ ਤੋਂ ਬੁੱਧੀ ਦੀ ਉਪਜ ਮੰਨਦੇ ਹਨ। ਜਿਹੜੇ ਸਾਖ ਮੰਨਣ ਵਾਲੇ ਨੇ ਉਹ ਪ੍ਰਕਿਰਤੀ ਤੋਂ ਬੁੱਧੀ ਦੀ ਉਪਜ ਮੰਨਦੇ ਹਨ ਤੇ ਫਿਰ ਅਹੰਕਾਰ ਦੀ। ਪਰ ਗੁਰੂ ਨਾਨਕ ਦੇਵ ਮਾਇਆ ਰੂਪੀ ਸੰਸਾਰ ਨੂੰ ਹਉਮੈ ਦੀ ਉਪਜ ਕਹਿੰਦੇ ਹਨ, ਭਾਵ ਹਉਮੈ ਪਹਿਲਾਂ ਉਪਜੀ ਫਿਰ ਵਿਅਕਤੀ ਦੇ ਕਰਮਾਂ ਤੋਂ ਜਨਮ ਮਰਨ
ਭਾਵ ਸ੍ਰਿਸ਼ਟੀ ਦਾ ਵਰਤਾਰਾ ਪ੍ਰਾਰੰਭ ਹੋਇਆ। ਪਰ ਸਿੱਧ ਫਿਰ ਇੱਕ ਹੋਰ ਪ੍ਰਸ਼ਨ ਕਰਦੇ ਹਨ, ਜਾ ਇਹ ਹਿਰਦਾ ਦੇਹ ਨਾ ਹੁੰਦੀ ਤੋ ਮਨ ਕੈਠੇ ਰਹਿਤਾ। ਕਹਿੰਦੇ ਕਿ ਜੇ ਇਹ ਹਿਰਦਾ ਦੇਹ ਨਾ ਹੁੰਦੇ ਤਾਂ ਮਨ ਕਿੱਥੇ ਰਹਿੰਦਾ। ਨਾਭੀ ਕਲਮ ਅਸਥੰਭ ਨਾ ਹੋਤੇ ਤਾਂ ਪਵਨ ਕਵਨ ਕਰ ਸਹਿਤਾ। ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾ ਲਿਵਲਾਈ। ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਅਸਰੂਪ ਨਾ ਜਪੀ ਕਿਉਂ ਕਰ ਜਾਪਸ ਸਾਚਾ। ਉਹ ਕਹਿੰਦੇ ਨੇ ਕਿ ਜਦੋਂ ਦੇਹ ਤੇ ਹਿਰਦਾ ਨਹੀਂ ਸੀ ਤਾਂ ਮਨ ਦਾ ਵਾਸ ਕਿੱਥੇ ਸੀ। ਜੇ ਨਾਭੀ ਚੱਕਰ ਦੀ ਰੋਕ ਨਾ ਹੁੰਦੀ ਤਾਂ ਸਾਹ ਕਿੱਥੇ ਟਿਕਦੇ। ਜੇ ਜਿਸਦਾ ਰੂਪ ਹੈ ਨਾ ਰੇਖ ਹੈ ਉਸ ਚ ਸ਼ਬਦ ਰਾਹੀਂ ਲਿਵ ਕਿਵੇਂ ਲਾਵੋਗੇ। ਰਕਤ ਬਿੰਦ ਨਾਲ ਰਚਿਤ ਦੇਹ ਨਾ ਹੁੰਦੀ ਤਾਂ ਸੱਚ ਦੇ ਦਰਸ਼ਨ ਕਿਸ ਤਰ੍ਹਾਂ ਹੋਣੇ ਸੀ। ਰੰਗਹੀਨ ਰੇਖਹੀਨ ਤੇ ਸਰੂਪਹੀਨ ਸੱਚ ਨੂੰ ਕਿਵੇਂ ਪਰਖੀਏ, ਕਿਵੇਂ ਇਸਨੂੰ ਦੇਖੀਏ। ਇਸਦਾ ਪ੍ਰਸ਼ਨ ਗੁਰੂ ਨਾਨਕ ਸਾਹਿਬ ਬੜੀ ਬਹੁਤ ਸਟੀਕ ਢੰਗ ਨਾਲ ਦਿੰਦੇ ਨੇ। ਔਰ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ। ਕੇ ਕਹਿਣ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਰਹੇ ਨਾਨਕ ਨਾਮ ਚ ਰੰਗੇ ਹੋਏ ਹੀ ਬੈਰਾਗੀ ਹਨ ਅਤੇ ਉਸੇ ਸੱਚ ਦੀ ਹੋਂਦ ਅਨੁਭਵ ਕਰਦੇ ਹਨ। ਅਤੇ ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਹਨ ਕਿ ਮਨ ਪ੍ਰਾਣ ਆਦਿ ਦੀ ਸਿਰਜਣਾ ਸੱਚ ਤੋਂ ਹੀ ਮੰਨਦੇ ਹਨ। ਇਹ ਕਹਾਣੀ ਕਥਨ ਚ ਨਹੀਂ ਆ ਸਕਦੀ, ਇਸ ਨੂੰ ਕਥਿਆ ਨਹੀਂ ਜਾ ਸਕਦਾ, ਇਸ ਨੂੰ ਕਿਹਾ ਨਹੀਂ ਜਾ ਸਕਦਾ। ਜਦੋਂ ਹਿਰਦਾ ਤੇ ਦੇਹ ਨਹੀਂ ਸੀ ਤਾਂ ਮਨ ਅਨੁਰਾਗੀ ਪ੍ਰਾਣ ਆਪਣੇ ਸਰੂਪ ਭਾਵ ਆਪਣੇ ਤੱਤ ਵਿੱਚ ਵਸਦੇ ਸਨ। ਜਦੋਂ ਰੂਪ ਰੇਖ ਤੇ ਵਰਣ ਨਹੀਂ ਸੀ ਤਾਂ ਸ਼ਬਦ ਕੁੱਲ ਰਹਿਤ ਪਰਮਾਤਮਾ ਚ ਰਹਿੰਦਾ ਹੈ। ਜਦੋਂ ਪ੍ਰਿਥਵੀ ਆਕਾਸ਼ ਤੇ ਅਕਾਲ ਨਹੀਂ ਸੀ ਤਾਂ ਆਕਾਰ ਰਹਿਤ ਨਿਰੰਕਾਰ ਆਪ ਹੀ ਸਰਵ ਵਿਆਪਕ ਹੈ। ਉਸਦਾ ਵਰਣ ਭੇਖ ਸਰੂਪ ਸਦਾ ਇੱਕ ਹੈ। ਉਹ ਵਿਸਮਾਦੀ ਸ਼ਬਦ ਹੈ, ਵਿਸਮਾਦੀ ਨਾਮ ਹੈ ਅਤੇ ਉਸ ਸੱਚ ਦੀ ਪ੍ਰਾਪਤੀ ਤੋਂ ਬਿਨਾਂ ਮਾਇਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਸਿੱਧ ਫਿਰ ਵੀ ਸੰਤੁਸ਼ਟ ਨਹੀਂ ਹੁੰਦੇ, ਉਹ ਫਿਰ ਪ੍ਰਸ਼ਨ ਕਰਦੇ ਨੇ। ਸੂ ਸ਼ਬਦ ਕਹਾ ਵਾਸ ਕਥਿਆਲੇ ਜਿਤ ਤਰੀਏ ਭਵ ਜਲ ਸੰਸਾਰੋ। ਉਹ ਸ਼ਬਦ ਜਿਸ ਨਾਲ ਮਨ ਜੋੜ ਸੰਸਾਰ ਰੂਪੀ ਭਵ ਜਲ ਪਾਰ ਕਰ ਜਾਈਏ ਉਸਦਾ ਵਾਸ ਕਿੱਥੇ ਹੈ। ਇਸਦਾ ਉੱਤਰ ਫਿਰ ਗੁਰੂ ਨਾਨਕ ਸਾਹਿਬ ਦਿੰਦੇ ਨੇ, ਸੂ ਸ਼ਬਦ ਕੋ ਨਿਰੰਤਰ ਵਾਸ ਅਲੰਖ ਜਹਾ ਦੇਖਾ ਤਹ ਸੋਈ। ਸ਼ਬਦ ਹਰ ਥਾਂ ਨਿਰੰਤਰ ਵਿਆਪਕ ਹੈ ਪਰ ਉਹ ਲੱਖਿਆ ਨਹੀਂ ਜਾ ਸਕਦਾ, ਫਿਰ ਵੀ ਜਿੱਧਰ ਦੇਖੋ ਉਹ ਹਰ ਥਾਂ ਹੈ। ਜਿਵੇਂ ਪਵਨ ਹਰ ਥਾਂ ਭਰਪੂਰ ਹੈ, ਜਿਵੇਂ ਸੁਨ ਚ ਵਾਸ ਦਾ ਵਾਸ ਹਰ ਥਾਂ ਹੈ। ਅਕਲ ਭਾਵ ਨਿਰਗੁਣ ਅਤੇ ਕਲਾ ਸਾਹਿਤ ਭਾਵ ਸੁਰਗੁਣ ਉਹੀ ਹੈ ਤੇ ਉਸਦੀ ਪਛਾਣ ਨਾਮ ਰੂਪ ਚ ਹੈ। ਇਸ ਦੀ ਵਿਆਖਿਆ ਜੇ ਮੈਂ ਇਸ ਨੂੰ ਕਰਨਾ ਚਾਹਾਂ ਇਸ ਤਰ੍ਹਾਂ ਕਿ ਸਾਖ ਮਤ ਅਨੁਸਾਰ ਸਿੱਧ ਯੋਗੀ ਪੁਰਸ਼ ਨੂੰ ਅਨਾਦੀ ਮੰਨਦੇ ਹਨ। ਪੁਰਸ਼ ਅਣਗਿਣਤ ਹਨ, ਸ੍ਰਿਸ਼ਟੀ ਦੀ ਰਚਣਹਾਰ ਪ੍ਰਕਿਰਤੀ ਹੈ ਤੇ ਪੁਰਸ਼ ਅਕਿਰਤੀ। ਪੁਰਸ਼ ਪ੍ਰਕਿਰਤੀ ਦਾ ਗਿਆਨ ਪ੍ਰਾਪਤ ਕਰ ਆਪਣੇ ਆਪ ਨੂੰ ਪਛਾਣਦਿਆਂ ਮੁਕਤ ਹੋ ਸਕਦੇ ਹਨ। ਉਪਨਿਸ਼ਦਾਂ ਦੇ ਸਮੇਂ ਤੋਂ ਹੀ ਇਹ ਸਵੈ ਪਛਾਣ ਦਾ ਪੰਥ ਯੋਗ ਮਾਰਗ ਹੈ। ਜੈਨੀ ਤੇ ਬੋਧੀ ਜੋ ਵੇਦਾਂਤ ਤੋਂ ਇਨਕਾਰੀ ਹਨ ਵੀ ਮਨ ਦੀ ਇਕਾਗਰਤਾ ਲਈ ਯੋਗ ਦੇ ਹੀ ਸਾਧਨਾਂ ਦਾ ਪ੍ਰਯੋਗ ਕਰਦੇ ਹਨ। ਸਿੱਧ ਪੁਰਸ਼ ਨੂੰ ਅਨਾਦੀ ਮੰਨਦੇ ਹੋਏ ਗੁਰੂ ਜੀ ਦੇ ਵਿਚਾਰ ਜਾਣਨ ਲਈ ਫਿਰ ਇੱਕ ਪ੍ਰਸ਼ਨ ਕਰਦੇ ਹਨ। ਕਹਾ ਤੇ ਆਵੇ, ਕਹਾ ਤੇ ਜਾਵੇ, ਕਹਾ ਤੇ ਇਹ ਕਹਾ, ਕਹਾ ਤੇ ਆਵੇ, ਕਹਾ ਤੇ ਜਾਵੇ, ਕਹਾ ਇਹ ਰਹੇ ਸਮਾਈ। ਇਹ ਕਿੱਥੋਂ ਆਉਂਦਾ ਹੈ, ਇਹ ਕਿੱਥੇ ਜਾਂਦਾ ਹੈ ਤੇ ਕਿੱਥੇ ਸਮਾਇਆ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਇਹਦਾ ਉੱਤਰ ਦਿੰਦੇ ਨੇ, ਹੁਕਮੇ ਆਵੇ, ਹੁਕਮੇ ਜਾਵੇ, ਹੁਕਮੇ ਰਹੇ ਸਮਾਈ, ਪੂਰੇ ਗੁਰ ਤੇ ਸੱਚ ਕਮਾਵੇ ਗਤਮਿਤ ਸਬਦੇ ਪਾਈ। ਕਹਿਣ ਤੋਂ ਭਾਵ ਹੈ ਕਿ ਜੀਵ ਆਤਮਾ ਹੁਕਮ ਚ ਹੀ ਜੰਮਦੀ ਹੈ, ਹੁਕਮ ਚ ਹੀ ਚੱਲਦੀ ਹੈ, ਹੁਕਮ ਅਧੀਨ ਹੀ ਬਿਰਸ ਜਾਂਦੀ ਹੈ। ਪਰਮ ਸੱਚ ਦੀ ਗਤਮਿਤ ਦੀ ਸੋਝੀ ਸ਼ਬਦ ਤੋਂ ਉਦੋਂ ਹੁੰਦੀ ਹੈ ਜਦੋਂ ਗੁਰੂ ਉਪਦੇਸ਼ ਨਾਲ ਸੱਚ ਦੀ ਕਮਾਈ ਹੁੰਦੀ ਹੈ ਅਤੇ ਇੰਜ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਪਰਮ ਪਦ ਅਕਰਤੀ ਨਹੀਂ, ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਸਿਰਜਣ ਹਾਰ ਅਤੇ ਸਰਵ ਵਿਆਪਕ ਹੋ ਉਹ ਹਰ ਅੰਤੇ ਕਰਨ ਦਾ ਜਾਣਨ ਹੈ। ਮੇਰਾ ਜਿਹੜਾ ਇਸ ਸਿੱਧ ਗੋਸ਼ ਤੋਂ ਇਹ ਜਦੋਂ ਪਹਿਲਾਂ ਜਦੋਂ ਉਹ ਹੋਂਦ ਔਰ ਰੱਬ ਦੀ ਹੋਂਦ ਬਾਰੇ ਗੱਲ ਕਰ ਲੈਂਦੇ ਨੇ, ਇਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸਦਾ ਜਿਹੜਾ
इंडियन सनातन जो भारतीय सनातन दार्शनिक परंपरा है उस दे उस नू थोड़ा जी व्याख्या मैं तुहाडे सामने पेश करना कि गुरु नानक देव ते सिद्धां दे तप साधना दे संकल्प विच बहुत अंतर है। योग शास्त्र पुरश ते प्रकृति नाल एक ईश्वर दी होंद भी मानता है जो स्थिवी है, भाव ईश्वर विशेष पुरख है जो कर्म कलेश तो पारगामी है अते सर्वगता च अमित ते अकाल है अते ओम उसका वाचक है। पतंजलि योग का उद्देश मन का नियंत्रण है। समाधि जो निर्विकल्प हो जाए तो पुरश नू सच साख्यात हो जाता है ते कैवल्य नू प्राप्त हो जाता है। कैवल्य मीन जिहड़ी ज्ञान दी और जिहड़ी जिहड़ी तुहाडी मुक्ति दी जिहड़ी सब तो जिहड़ी अवस्था हैगी है उहनू कैवल्य दी अवस्था कह जांदा है। जिहड़ी प्रज्ञा तो श्वेता स्वतंत्र प्रसिद्ध दे दूजे कांड दे दसवें श्लोक अनुसार संसारिक जीवन च योग संभव नहीं, इसलिए पहाड़ां दीआं गुफावां वर्गी एकांत च ही ए संभव है। हठ योग प्रदीपका दे 12वें श्लोक च वी लिखिआ है कि हठ योगी उत्थे तपस्या करे जिथे राजधर्मी होवे ते पिख्या उपलब्ध होवे ते कोई उपद्रव ना होवे अते एकांत मठ दा माप तनुष न्याई होवे ते नाल ही जिथे अग पत्थर ते पाणी दी मार ना होवे। लोहरीपा जो गुरु गोरखनाथ दा शिष्य सी योगी दे सरूप विच इसदा इस कर्तव दा वर्णन इस बाणी च इंदा करदे आ। हाटी बाटी रहे निराले रूख बिरख उद्याने कंद मूल आहारो खाए औदे औद बोल ज्ञाने तीरथ नाइए सुखपल पाइए मैल न लसगे लसगे काई गोरख पूत लोहारीपा बोले जोग जुगत बिद साई। ਉਹ ਲੋਹਾਰੀਪਾ ਦਾ ਕਹਿਣ ਤੋਂ ਭਾਵ ਹੈ ਕਿ ਯੋਗੀ ਜੰਗਲਾਂ ਚ ਵਾਸਾ ਕਰਦੇ ਤੇ ਕੰਦ ਮੂਲ ਖਾ ਕੇ ਜਿਉਂਦੇ ਨੇ ਤੇ ਗਿਆਨ ਗੋਸ਼ ਕਰਦੇ ਨੇ। ਤੀਰਥ ਨਹਾਉਣ ਦੇ ਫਲਸਰੂਪ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਪਾਪ ਧੋਤੇ ਜਾਂਦੇ ਹਨ। ਪਰ ਇਸ ਤੋਂ ਉਲਟ ਜਿਹੜਾ ਇੱਕ ਦਾਰਸ਼ਨਿਕ ਪ੍ਰਪੇਖ ਗੁਰੂ ਨਾਨਕ ਸਾਹਿਬ ਸਿਰਜਦੇ ਨੇ ਉਹ ਇਸ ਦਾ ਉੱਤਰ ਦਿੰਦੇ ਹਾਂ। ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ, ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇ ਮਨ ਟੇਕ ਨਾ ਟਿਕੇ ਨਾਨਕ ਭੂਖ ਨਾ ਜਾਈ, ਹਾਟ ਪਟਣ ਕਰ ਗੁਰ ਦਿਖਾਇਆ ਸਹਿਜੇ ਸੱਚ ਵਪਾਰੋ, ਖੰਡਤ ਨਿਦਰਾ ਅਲਪਹਾਰ ਨਾਨਕ ਤੱਤ ਵਿਚਾਰੋ। ਕਿ ਤੱਤ ਨੂੰ ਵਿਚਾਰਨ ਚ ਹੀ ਜਿਹੜੀ ਹੈਗੀ ਉਹ ਮੁਕਤੀ ਹੈ। ਕਹਿਣ ਤੋਂ ਭਾਵ ਹੈ ਕਿ ਸੰਸਾਰ ਚ ਵਿਚਰਦਿਆਂ ਕਾਰਜ ਕਰਿੰਦਿਆਂ ਜੀਵਨ ਤੋਂ ਮੁਨਕਰ ਨਾ ਹੋਵੋ, ਮਨ ਬਿਨ ਨਾਮ ਥਿਰ ਨਹੀਂ ਹੁੰਦਾ ਅਤੇ ਇਸਦੀ ਤ੍ਰਿਸ਼ਨਾ ਮਿੱਟਦੀ ਹੈ ਨਾ ਹੀ ਇਸਦੀ ਤ੍ਰਿਸ਼ਨਾ ਮਿੱਟਦੀ ਹੈ। ਮੈਨੂੰ ਗੁਰੂ ਦੇ ਉਸ ਹਾਟ ਸ਼ਹਿਰ ਤੇ ਘਰ ਨਾਲ ਨਿਵਾਜਿਆ ਹੈ ਜਿੱਥੇ ਸੱਚ ਦਾ ਵਪਾਰ ਹੁੰਦਾ ਹੈ, ਘੱਟ ਨੀਂਦ ਤੋਂ ਥੋੜਾ ਖਾਣ ਭਾਵ ਸੰਜਮ ਤੇ ਸੰਤੋਖ ਨਾਲ ਜੀਵਨ ਬਤੀਤ ਕਰਦਿਆਂ ਤੱਤ ਦਾ ਵਿਚਾਰ ਕਰਨਾ ਹੀ ਅਸਲ ਯੋਗ ਹੈ। ਸੋ ਇਹ ਦੋ ਇੱਕ ਜਸਟ ਅਪੋਜ ਪੁਜੀਸ਼ਨ ਜਿਹੜੀਆਂ ਇਹਦਾ ਜਿਹੜਾ ਹੋਰ ਨਿਵਾਰਨ ਅੱਗੇ ਅੱਗੇ ਬਾਣੀ ਦੇ ਵਿੱਚ ਹੁੰਦਾ ਜਾਂਦਾ ਹੈ ਕਿ ਸਿੱਧ ਇੱਕ ਉਹਨਾਂ ਦੀ ਪੁਜੀਸ਼ਨ ਹੈ ਕਿ ਜਿਹੜੀ ਹੱਠ ਯੋਗ ਪ੍ਰਦੀਪਕਾ ਦੇ ਵਿੱਚ ਔਰ ਪਤੰਜਲੀ ਚ ਦੱਸੀ ਗਈ ਹੈ ਤੇ ਗੁਰੂ ਨਾਨਕ ਸਾਹਿਬ ਆਪਣਾ ਇੱਕ ਥੀਸਿਸ ਪੇਸ਼ ਕਰਦੇ ਨੇ। ਸਮਾਜ ਚ ਰਹਿੰਦਿਆਂ ਹੋਇਆ ਗ੍ਰਿਸਥ ਚ ਰਹਿੰਦਿਆਂ ਹੋਇਆ ਯੋਗ ਆਪਣਾ ਉਦਾਸੀਨ ਹੋਣਾ ਜੈਸੇ ਜਲਮੇ ਕਮਲ ਨਰਾਲਮ ਮੁਰਗਾਈ ਨਿਸਾਨ, ਕਿ ਇਸ ਜਿੱਦਾਂ ਮੁਰਗਾਈ ਰਹਿੰਦੀ ਹੈਗੀ ਹੈ ਆਪਣੇ ਪਾਣੀ ਦੇ ਵਿੱਚ ਤੇ ਉਸਦੇ ਪੰਖਾਂ ਦੇ ਉੱਤੇ ਕੋਈ ਪਾਣੀ ਦੀ ਬੂੰਦ ਨਹੀਂ ਟਿੱਕਦੀ, ਇਹ ਲਗਭਗ ਉਹੋ ਹੀ ਗੱਲ ਹੈ। ਭਾਵ ਸੰਸਾਰ ਅੱਛਾ ਪਰ ਲਹਰੀਪਾ ਫਿਰ ਗੁਰੂ ਨਾਨਕ ਸਾਹਿਬ ਨੂੰ ਯੋਗੀ ਦੇ ਭੇਖ ਧਾਰਨ ਲਈ ਜ਼ੋਰ ਦਿੰਦਾ ਹੈ। ਦਰਸ਼ਨ ਭੇਖ ਕਰੇ ਜੋਗਿੰਦਰਾ ਮੁਦਰਾ ਝੋਲੀ ਖਿੰਥਾ, ਬਾਰਹ ਅੰਤਰ ਏਕ ਸਰਵੇਹ ਖੰਡ ਦਰਸ਼ਨ ਇੱਕ ਪੰਥਾ, ਇਨ ਬਿਧ ਮਨ ਸਮਝਾਈਏ ਉਹ ਪੁਰਖਾ ਬਾਹੜ ਚੋਟ ਨਾ ਖਾਈ, ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜਗਤ ਇਵ ਪਾਈ। ਭਾਵ ਯੋਗੀਆਂ ਦੇ ਘਰ ਦਾ ਭੇਖ ਧਾਰੋ, ਮੁੰਦਰਾਂ ਪਹਿਨੋ, ਝੋਲੀ ਤੇ ਗੁੱਦੜੀ ਗੋਦੜੀ ਧਾਰਨ ਕਰੋ। ਛੇ ਦਰਸ਼ਨ ਪਰੰਪਰਾਵਾਂ ਜਿਹੜੀ ਖੰਡ ਦਰਸ਼ਨ ਪਰੰਪਰਾ ਚੋਂ ਯੋਗ ਦਰਸ਼ਨ ਹੀ ਉੱਤਮ ਹੈ। ਇਸ ਦੀਆਂ 12 ਸੰਪਰਦਾਵਾਂ ਵਿੱਚੋਂ ਆਈ ਪੰਥ ਜਿਹੜਾ ਹੈ ਉਸਨੂੰ ਅਪਣਾ ਕੇ ਮਨ ਨੂੰ ਸਮਝਾਵੋ, ਇੰਜ ਕਾਲ ਤੋਂ ਮੁਕਤ ਹੋ ਜਾਵੋ,
ਇਹ ਗੋਰਖ ਦਾ ਜਿਹੜਾ ਸ਼ਿਸ਼ ਹੈ ਲੋਹਾਰੀ ਪਾ ਉਹ ਗੁਰੂ ਨਾਨਕ ਸਾਹਿਬ ਨੂੰ ਇੱਕ ਫਿਰ ਇੱਕ ਇੱਕ ਚੈਲੇਂਜ ਕਰਦਾ ਹੈ, ਇੱਕ ਪ੍ਰਸ਼ਨ ਕਰਦਾ ਹੈ। ਗੁਰੂ ਨਾਨਕ ਸਾਹਿਬ ਫਿਰ ਇਸਦਾ ਉੱਤਰ ਦਿੰਦੇ ਹੋਏ ਕਹਿੰਦੇ ਨੇ, ਕੋਈ ਗੁਰਮੁਖ ਇਹ ਕਥਨ ਸਮਝੇਗਾ ਤੇ ਯੋਗੀ ਦੀ ਯੋਗਤ ਹੈ। ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਤ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਗੁਰ ਕੈ ਸ਼ਬਦ ਸੁਸਮਝ ਪਰੀ, ਖਿੰਥਾ ਝੋਲੀ ਭਰਪੂਰ ਰਹਿਆ ਨਾਨਕ ਤਾਰੇ ਏਕ ਰਹੀ, ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ, ਉਂਦੋ ਖੱਪਰ ਪੰਚ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ। ਗੁਰੂ ਨਾਨਕ ਸਾਹਿਬ ਦੇ ਕਹਿਣ ਤੋਂ ਭਾਵ ਇਹ ਹੈ ਕਿ ਯੋਗੀ ਬਿਨਾਂ ਟੋਟ ਸ਼ਬਦ ਨੂੰ ਅੰਦਰ ਵਸਾਏ, ਇਹੋ ਹੀ ਸਾਡਾ ਯੋਗ ਦੀ ਮੁਦਰਾ ਹੈ ਜੋ ਹਉਮੈ ਅਤੇ ਮਮਤਾ ਨਾਸ ਕਰੇਗੀ। ਗੁਰੂ ਸਿੱਖਿਆ ਕਾਮ ਕ੍ਰੋਧ ਤੇ ਹੰਕਾਰ ਦਾ ਨਾਸ ਕਰਦੀ ਹੈ, ਪਰਮਾਤਮਾ ਨੂੰ ਸਰਵ ਵਿਆਪਕ ਜਾਣਨ ਵਾਲੀ ਝੋਲੀ ਤੇ ਗੋਦੜੀ ਧਾਰਨ ਕਰਨ ਨਾਲ ਨਿਰੰਕਾਰ ਸਮੁੰਦਰ ਤਾਰ ਦਿੰਦਾ ਹੈ। ਸੱਚ ਸਦੀਵੀ ਹੈ ਤੇ ਗੁਰੂ ਗਿਆਨ ਸਮਝ ਲਵੋ, ਮਨ ਨੂੰ ਸੰਸਾਰ ਵੱਲੋਂ ਉਲਟਾਓ ਤੇ ਇਹੀ ਖੱਪਰ ਹੱਥ ਲੈ ਪੰਜ ਭੂਤਾਂ ਭਾਵ ਆਕਾਸ਼ ਵਾਯੂ ਅਗਨੀ ਜਲ ਤੇ ਪ੍ਰਿਥਵੀ ਦੇ ਗੁਣਾਂ ਜਿਵੇਂ ਨਿਰਲੇਪਤਾ ਸਮਤਾ ਤੇ ਸਹਿਣਸ਼ੀਲਤਾ ਦੀ ਟੋਪੀ ਪਹਿਨੋ, ਕਾਇਆ ਕਾਬੂ ਰੱਖਣ ਲਈ ਕੜਾਸਣ ਬੰਨੋ ਅਤੇ ਮਨ ਦੀ ਕੁਪੀਨ ਬਣਾਓ, ਸੱਚ ਸੰਜਮ ਤੇ ਸੰਤੋਖ ਧਾਰਨ ਕਰ ਨਾਮ ਸਿਮਰੋ, ਭੇਖ ਤੇ ਚਿਹਨ ਧਾਰਨ ਕਰਨ ਦੀ ਬਜਾਏ ਨਾਮ ਸਿਮਰੋ। ਸਿੱਧ ਗੋਸ਼ ਦੀ ਪਹਿਲੀ ਪੌੜੀ ਚ ਹੀ ਗੁਰੂ ਨਾਨਕ ਸਾਹਿਬ ਨੇ ਆਪਣੀ ਸਾਧਨਾ ਦਾ ਢੰਗ ਇੰਜ ਦਰਸਾਇਆ ਹੈ ਕਿ ਭਵੀਏ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ, ਕਿ ਸ਼ਬਦ ਸੱਚੇ ਸ਼ਬਦ ਤੋਂ ਬਿਨਾਂ ਕੋਈ ਮੁਕਤੀ ਨਹੀਂ ਹੈ। ਸਿੱਧ ਇਸ ਉੱਪਰ ਫਿਰ ਮੁੜ ਪ੍ਰਸ਼ਨ ਕਰਦੇ ਨੇ, ਦੁਨੀਆਂ ਸਾਗਰ ਕਹੀਏ ਕਿਉਂ ਕਰ ਪਾਈਓ ਪਾਈਏ ਪਾਈਓ ਪਾਰੋ, ਭਾਵ ਸੰਸਾਰ ਸਾਗਰ ਪਾਰ ਕਰਨਾ ਔਖਾ ਦੱਸਦੇ ਨੇ। ਇਸ ਲਈ ਔਧ ਚਰਪਟ ਪੁੱਛਦਾ ਹੈ, ਹੇ ਨਾਨਕ ਇਸ ਦਾ ਸੱਚਾ ਉਪਾਅ ਦੱਸੋ। ਗੁਰੂ ਸਾਹਿਬ ਇਹਦਾ ਜਵਾਬ ਇਹਨਾਂ ਵਿਚਾਰਾਂ ਨਾਲ ਦਿੰਦੇ ਨੇ ਜੋ ਗੁਰਮਤ ਦਾ ਅੰਤ ਮੂਲ ਸੰਕਲਪਾਤਮਕ ਧੁਰਾ ਬਣਦਾ ਹੈ। ਸਾਰੀ ਗੁਰਮਤ ਜਿਹੜਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ, ਇਸੇ ਆਲੇ ਦੁਆਲੇ ਜਿਹੜਾ ਸਾਡਾ ਵਿਵਹਾਰਿਕ ਜੀਵਨ ਹੈ ਸਿੱਖੀ ਦੇ ਸੰਕਲਪ ਦਾ, ਇਹਦੇ ਆਲੇ ਦੁਆਲੇ ਘੁੰਮਦਾ ਹੈ। ਜੈਸੇ ਜਲਮੈ ਕਮਲ ਨਿਰਾਲਮ ਨਿਰਾਲਮ ਮੁਰਗਾ ਈ ਨਿਸਾਨ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ, ਰਹੀਏ ਇਕਾਂਤ ਏਕੋ ਮਨ ਵਸਿਆ ਆਸਾ ਮਹ ਨਿਰਾਸਾ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕ ਤਾਕਾ ਦਾਸ। ਭਾਵ ਜਿਸ ਤਰ੍ਹਾਂ ਕਮਲ ਜਲ ਚ ਰਹਿ ਕੇ ਜਲ ਤੋਂ ਨਿਰੇਪ ਰਹਿੰਦਾ ਹੈ, ਜਿਸ ਤਰ੍ਹਾਂ ਮੁਰਗਾਬੀ ਦੇ ਖੰਭਾਂ ਤੇ ਜਲ ਨਹੀਂ ਟਿਕਦਾ, ਇਵੇਂ ਹੀ ਜਗਤ ਚ ਰਹਿੰਦਿਆਂ ਹੀ ਜੀਵ ਆਤਮਾ ਨਿਰਲੇਪ ਰਹਿ ਭਵ ਸਾਗਰ ਪਾਰ ਕਰ ਸਕਦੀ ਹੈ। ਇਕਾਂਤ ਗੁਫਾਵਾਂ ਚ ਨਹੀਂ, ਸਗੋਂ ਜਿਸ ਮਨ ਚ ਨਾਮ ਦਾ ਵਾਸ ਹੋ ਜਾਵੇ ਉਹ ਇਕਾਂਤ ਭਾਵੀ ਹੋ ਜਾਂਦਾ ਹੈ। ਜੋ ਅਗਮ ਅਗੋਚਰ ਆਤਮਾ ਦਾ ਅਨੁਭਵ ਕਰ ਲਵੇ ਨਾਨਕ ਉਸਦਾ ਦਾਸ ਹੈ। ਪਰ ਸਿੱਧ ਫਿਰ ਵੀ ਸੰਤੁਸ਼ਟ ਨਹੀਂ ਹੁੰਦੇ, ਉਹ ਫਿਰ ਇੱਕ ਜਗਿਆਸਾ ਪ੍ਰਗਟ ਕਰਦੇ ਨੇ, ਸੁਣ ਸਵਾਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਇਓ ਗੁਰਦੁਆਰੋ, ਇਹ ਮਨ ਚਲਦਿਓ ਸੱਚ ਘਰ ਵਾਸੋ ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ। ਭਾਵੇਂ ਸਵਾਮੀ ਸਾਡੀ ਬੇਨਤੀ ਸੁਣੋ ਤੇ ਹੁਣ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਨ, ਗੁੱਸਾ ਨਾ ਕਰਨਾ, ਉੱਤਰ ਦੇਣਾ ਕਿ ਗੁਰੂ ਨਾਨਕ ਦਾ ਟਿਕਾਣਾ ਕਿਵੇਂ ਲੱਭੀਏ। ਇਸ ਪੁਰ ਗੁਰੂ ਨਾਨਕ ਦੇਵ ਜੀ ਦਾ ਪ੍ਰਤੀ ਉੱਤਰ ਹੈ ਕਿ ਜੇ ਮਨ ਨਾਮ ਦਾ ਲੜ ਫੜ ਲਵੇ ਤੇ ਸੱਚ ਦੇ ਘਰ ਚ ਸਥਿਤ ਹੋ ਜਾਵੇ ਤਾਂ ਗੁਰੂ ਦਾ ਮੇਲ ਆਪਣੇ ਆਪ ਔਰ ਸਹਿਜੇ ਰੂਪ ਵਿੱਚ ਹੋ ਜਾਂਦਾ ਹੈ। ਇਸ ਨੂੰ ਮੈਂ ਹੁਣ ਸਾਖ ਦਰਸ਼ਨ ਜਿਹੜਾ ਹੈ ਉਸਦੀ ਕੀ ਵਿਆਖਿਆ ਬਣਦੀ ਹੈਗੀ ਹੈ ਇਹਦੇ ਬਾਰੇ ਵੀ ਥੋੜਾ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ। ਸਾਖ ਦਰਸ਼ਨ ਅਨੁਸਾਰ ਪੁਰਸ਼ ਅਨਾਦੀ ਅਗਿਆਨ ਦੇ ਬੰਧਨ ਚ ਹੈ। ਇਸ ਵਿੱਚ ਇਹ ਇਸ ਬੰਧਨ ਚ ਕਿਵੇਂ ਪਿਆ ਅਤੇ ਮਾਇਆ ਨੇ ਇਸ ਨੂੰ ਕਿਵੇਂ ਖਾ ਲਿਆ, ਇਸਦਾ ਕਾਰਨ ਖੋਟੀ ਮਤ ਹੈ ਜਿਸ ਕਾਰਨ ਇਹ ਸਭ ਕੁਝ ਗਵਾ ਲਿਆ ਹੈ। ਹਉਮੈ ਦੇ ਨਾਸ ਨਾਲ ਹੀ ਪਰਮਾਤਮਾ ਨੂੰ ਪ੍ਰਾਪਤ ਹੋਇਆ ਜਾ ਸਕਦਾ ਹੈ। ਇਸ ਨਾਲ ਮਨ ਸੁਣ ਦੀ ਅਵਸਥਾ ਚ ਨਿਰੰਤਰ ਬੰਨਿਆ ਰਹੇਗਾ, ਫਿਰ ਨਾ ਸਰੀਰ ਦਾ ਨਾਸ ਹੋਵੇਗਾ ਨਾ ਜੀਵ ਵਿੱਚੋਂ ਉਡਾਰੀ ਲਾ ਸਕੇਗਾ। ਸਿੱਧਾਂ ਦਾ ਉਦੇਸ਼
ਦੇਹ ਨੂੰ ਪੁਸ਼ਟ ਕਰ ਲੰਮੀ ਆਯੂ ਭੋਗਣਾ ਹੈ। ਹੱਠ ਯੋਗ ਦਾ ਵੱਡਾ ਉਪਦੇਸ਼ਕ ਗੋਰਖਨਾਥ ਸੀ, ਜਿਸ ਨੇ ਸਰੀਰ ਨੂੰ ਪੁਸ਼ਟ ਕਰਨ ਤੇ ਬਹੁਤ ਬਲ ਦਿੱਤਾ ਤੇ ਇਸਤਰੀ ਨੂੰ ਬਾਗਣ ਕਹਿ ਕੇ ਉਸ ਤੋਂ ਬਚਣ ਦਾ ਉਪਦੇਸ਼ ਦਿੱਤਾ। ਹੱਠ ਯੋਗੀ ਸਰੀਰ ਚ 72,000 ਨਾੜੀਆਂ ਮੰਨਦੇ ਹਨ, ਪਰ ਤਿੰਨ ਮੁੱਖ ਹਨ, ਇੜਾ, ਪਿੰਗਲਾ ਤੇ ਸੁਖਮਨਾ। ਇੜਾ ਗੰਗਾ ਜਾਂ ਚੰਦਰਮਾ ਭਾਵ ਖੱਬੀ ਸੁਰ ਹੈ, ਪਿੰਗਲਾ ਜਮਨਾ ਜਾਂ ਸੂਰਜ ਭਾਵ ਸੱਜੀ ਸੁਰ ਹੈ। ਹੱਠ ਯੋਗ ਅਨੁਸਾਰ ਸਰੀਰ ਦੇ 6 ਚੱਕਰ ਹਨ, ਮੂਲਾਧਾਰ, ਸਵਾਦਿਸ਼ਟਾਨ, ਮਣੀਪੁਰ, ਅਨਾਹਤ, ਵਿਸ਼ਿਦ, ਆਗਿਆ, ਸੁਖਨਾਦਾਇਕ ਸਿਰਾ, ਮੂਲਾਧਾਰ ਚੱਕਰ ਚ ਤੇ ਦੂਜਾ ਦੁਆਰ ਆਕਾਸ਼ ਚ ਤੇ ਇਸਦਾ ਹੇਠਲਾ ਸਿਰਾ ਕੁੰਡਲੀ ਰਾਹੀਂ ਬੰਦ ਹੈ। ਡਾਕਟਰ ਗੁਰਬਖਸ਼ ਸਿੰਘ ਸਾਡੇ ਪੰਜਾਬੀ ਦੇ ਬਹੁਤ ਵੱਡੇ ਸਕਾਲਰ ਹੋਏ ਨੇ, ਅੰਗਰੇਜ਼ੀ ਦੇ ਉਹਨਾਂ ਦਾ ਮੇਜਰ, ਉਹਨਾਂ ਦਾ ਫੀਲਡ ਆਫ ਐਕਸਲੈਂਸ ਸੀਗਾ। ਉਹਨਾਂ ਦੀ ਇੱਕ ਲੇਖ ਹੈ, ਸਿੱਖਿਜ਼ਮ ਐਂਡ ਡਾਇਲੋਗ ਵਿਦ ਅਦਰ ਕਲਚਰ, ਜੋ ਉਹਨਾਂ ਦੀ ਕਿਤਾਬ ਸਿੱਖਿਜ਼ਮ ਐਂਡ ਦਾ ਪੋਸਟ ਮਾਡਰਨ ਥੋਟ ਵਿੱਚ ਦਰਜ ਹੈ। ਉਹਨਾਂ ਵਿੱਚ ਉਹ ਸਿੱਧ ਗੋਸ਼ਟ ਬਾਰੇ ਲਿਖਦੇ ਨੇ, ਸਿੱਧ ਗੋਸ਼ਟ ਏ ਡਾਇਲੋਗ ਵਿਦ ਦਾ ਸਿੱਧਾਂਤ ਆਲਸੋ ਦ ਗੁਰੂ ਡਜ਼ ਨੋਟ ਓਬਜੈਕਟ ਦਾ ਯੋਗਿਕ ਪ੍ਰੈਕਟਿਸਿਸ ਫੋਰ ਲਿਸਨਿੰਗ ਟੂ ਦਾ ਅਨਸਟ੍ਰਕ ਮੈਲੋਡੀ ਅਨਹਦ ਨਾਦ ਥਰੂ ਦ ਨਰਵ ਸੈਂਟਰ ਆਫ ਸੁਖਮਨਾ ਇਰਾ ਐਂਡ ਪਿੰਗਲਾ ਬਟ ਓਨਲੀ ਟੂ ਐਬਸੈਂਸ ਆਫ ਫੇਥ ਇਨ ਦਾ ਗੋਡਸ ਬਲੈਸਿੰਗ ਐਂਡ ਨਾਮ ਇਫ ਦ ਨਰਵ ਸੈਂਟਰ ਕੈਨ ਬੀ ਕੁਨੈਕਟਡ ਵਿਦ ਹਿਮ ਦੇ ਕੈਨ ਲੀਡ ਟੂ ਮੁਕਤੀ। ਸੋ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਅਨਹਦ ਦਾ ਜਿਹੜਾ ਇਹ ਸੁਖਮਨਾ ਇੜਾ ਪਿੰਗਲਾ ਨੂੰ ਬਿਲਕੁਲ ਉਹ ਰੱਦ ਨਹੀਂ ਕਰਦੇ, ਇਹਨੂੰ ਉਹ ਅਨਹਦ ਦਾ ਜਿਹੜਾ ਸੈਂਟਰ ਹੈ ਉਹ ਬਣਾਉਂਦੇ ਨੇ, ਪਰ ਜੇ ਇਹ ਸੈਂਟਰ ਬਣਿਆ ਰਹਿੰਦਾ ਹੈ ਤਾਂ ਹੀ ਇਹਦੀ ਜਿਹੜੀ ਮੁਕਤੀ ਹੈ, ਇਹਦੀ ਲਿਬਰੇਸ਼ਨ ਹੈ ਇਸ ਤੋਂ, ਇਸ ਜੀਵਨ ਤੋਂ ਸੰਭਵ ਹੈ। ਹੱਠ ਯੋਗੀ ਸਾਹ ਕਿਰਿਆਵਾਂ ਰਾਹੀਂ 6 ਚੱਕਰ ਵਿੰਨ ਕੇ ਦਸਮ ਦੁਆਰ ਤੱਕ ਲੈ ਜਾਂਦੇ ਹਨ। ਇਸ ਨੂੰ ਬ੍ਰਹਮ ਰੰਦਰ ਵੀ ਕਿਹਾ ਜਾਂਦਾ ਹੈ। ਹੱਠ ਯੋਗੀ ਇਹਨਾਂ ਨੂੰ ਸਾਧਨ ਦਾ ਅਭਿਆਸ ਗੁਫਾਵਾਂ ਚ ਵਿਚਰ ਕੇ ਇਹਨਾਂ ਨੂੰ ਸਾਧ ਮੁਕਤੀ ਦੀ ਤਪੱਸਿਆ ਕਰਦੇ ਹਨ। ਇਹ ਸਾਰੇ ਵਰਤਾਰੇ ਨੂੰ ਅਸਹਿਜ ਕਹਿ ਸਹਿਜ ਹੋਣ ਦਾ ਸਮਾਧਾਨ ਗੁਰੂ ਨਾਨਕ ਇੰਜ ਦੱਸਦੇ ਹਨ, ਸਹਿਜ ਗੁਫਾ ਘਰ ਜਾਣੇ ਸਾਚਾ, ਨਾਨਕ ਸਾਚੇ ਭਾਵੇ ਸਾਚਾ। ਤੇ ਸਹਿਜ ਜਿਹੜੀ ਅਵਸਥਾ ਹੈ ਉਸਨੂੰ ਆਪਣਾ ਘਰ ਸਮਝ। ਸਹਿਜ ਕੀ ਹੈ? ਸਹਿਜ ਨੂੰ ਡਿਫਾਈਨ ਕਰਨਾ ਬਹੁਤ ਮੁਸ਼ਕਲ ਹੈ, ਪਰ ਇਹਦਾ ਨਾ ਕੋਈ ਅੰਗਰੇਜ਼ੀ ਚ ਸਾਨੂੰ ਸਿਨੋਨਿਮਸ ਮਿਲਦਾ ਹੈ, ਨਾ ਇਹਦੀ ਕੋਈ ਵਿਆਖਿਆ ਮਿਲਦੀ ਹੈ, ਪਰ ਇਹ ਇੱਕ ਸੰਕਲਪ ਹੈ, ਇੱਕ ਅਵਸਥਾ ਹੈ। ਮੇਰੇ ਮਨ ਚ ਮੁਤਾਬਕ ਜੇ ਮੈਂ ਇਸ ਸਹਿਜ ਨੂੰ ਇੱਕ ਵਿਆਖਿਆ ਕਰਾਂ ਤੇ ਜਿਹੜੀ ਭਟਕਣਾ ਹੈ, ਭਟਕਣਾ ਦੀ ਜਸਟ ਅਪੋਜ਼ਿਟ ਪੋਜੀਸ਼ਨ ਜਿਹੜੀ ਹੈ ਉਹ ਸਹਿਜ ਹੈ। ਸੋ ਭਟਕਣਾ ਰਹਿਤ ਜਿਹੜੀ ਅਵਸਥਾ ਹੈ ਉਹ ਸਹਿਜ ਹੈ, ਜਿਹਦੇ ਵਿੱਚ ਮਨ ਸਥਿਰ ਹੈ, ਮਨ ਸ਼ਾਂਤ ਹੈ ਔਰ ਤੁਸੀਂ ਆਪਣੇ ਕੇਂਦਰ ਤੇ ਸਥਿਤ ਹੋ। ਮੈਨੂੰ ਲੱਗਦਾ ਇਸ ਤੋਂ ਹੋਰ ਕੋਈ ਵਿਆਖਿਆ ਸੰਭਵ ਨਹੀਂ ਹੈ ਸਹਿਜ ਬਾਰੇ। ਭਾਵ ਸਹਿਜ ਅਵਸਥਾ ਨੂੰ ਹੀ ਆਪਣਾ ਘਰ ਸਮਝੋ, ਫਿਰ ਪਰਮਾਤਮਾ ਦੀ ਕਿਰਪਾ ਸਦਕਾ ਸਦੀਵੀ ਜੀਵਨ ਪ੍ਰਾਪਤ ਕਰ ਸਕੋਗੇ। ਉਹ ਇਹ ਵੀ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਸੱਚ ਵੱਖਰ ਕੇ ਹਮ ਬਣ ਜਾ ਰਹੇ, ਨਾਨਕ ਗੁਰਮੁਖ ਉਤਰੇ ਉਤਰਸ ਪਾਰੇ। ਭਾਵ ਗੁਰੂ ਨਾਨਕ ਭਾਵ ਸਿੱਧ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਹਨ ਕਿ ਘਰ ਬਾਰ ਤੱਜ ਕੇ ਤੁਸੀਂ ਉਦਾਸੀਆਂ ਕਿਉਂ ਕਰ ਰਹੇ ਹੋ ਅਤੇ ਇਹ ਭੇਖ ਕਾਹਦੇ ਲਈ ਧਾਰਿਆ ਹੈ? ਤਾਂ ਗੁਰੂ ਨਾਨਕ ਸਾਹਿਬ ਦੇ ਇਹਦਾ ਉੱਤਰ ਦਿੰਦੇ ਹਨ ਕਿ ਸੱਚ ਦੇ ਵਪਾਰੀ ਹਾਂ, ਭਾਵ ਸਾਗਰ ਗੁਰਮੁਖ ਬਣਿਆ ਹੀ ਭਾਵ ਸਾਗਰ ਜਿਹੜਾ ਹੈ ਉਹ ਗੁਰਮੁਖ ਬਣਿਆ ਹੀ ਪਾਰ ਹੋ ਸਕਦਾ ਹੈ। ਹੱਠ ਯੋਗੀਆਂ ਚ ਸੁਨ ਦਾ ਸੰਕਲਪ ਨੂੰ ਵੀ ਗਿਆਨ ਸ਼ਾਸਤਰੀ ਦ੍ਰਿਸ਼ਟੀ ਤੋਂ ਸਮਝਣਾ ਜ਼ਰੂਰੀ ਹੈ, ਕਿਉਂਕਿ ਸ਼ੁਨ ਆਕਾਸ਼ ਤੇ ਬ੍ਰਹਮ ਦੀ ਚੇਨਾਤਮਕਤਾ ਰਲਗਟ ਹੈ। ਬੋਧਿਆਂ ਦੀ ਸ਼ੁਨਿਆਵਾਦੀ ਪਰੰਪਰਾ ਅਨੁਸਾਰ ਕਿਸੇ ਲੈ ਦੀ ਕੋਈ ਹੋਂਦ ਤੇ ਵਜੂਦ ਨਹੀਂ। ਨਾਥ ਯੋਗੀ ਵਜਰ ਜਾਨੀ ਬੁੱਧ ਪਰੰਪਰਾ ਚ ਹੀ ਵਿਕਸਿਆ ਰੂਪ ਹੈ, ਕਿਉਂਕਿ ਸਮਾਂ ਪਾ ਕੇ ਬੁੱਧ ਧਰਮ ਦੇ ਕੁੱਝ ਸਿਧਾਂਤ ਇਸ ਵਿੱਚ ਆ ਗਏ, ਕਿਉਂਕਿ ਹੱਠ ਯੋਗੀ ਹਿਰਦੇ ਸੰਘ ਤੇ ਬ੍ਰਹਮ ਰੰਦਰ ਚ ਸੁਨ ਦੀ ਹੋਂਦ ਸਵੀਕਾਰ ਕਰਦੇ ਹਨ। ਗੁਰਬਾਣੀ ਚ ਸੁਨ ਸ਼ਬਦ ਸਮਾਧੀ ਦੇ ਚੇਨ ਵਜੋਂ ਵਰਤਿਆ ਗਿਆ ਹੈ, ਜਿਸ ਦਾ ਅਰਥ ਉਹ ਸਮਾਧੀ ਹੈ ਜਿਸ ਚ ਮਨ ਮੁਕਤ ਅਵਸਥਾ ਚ ਹੋਵੇ। ਅਰਬਦ ਨਰਬਦ ਧੁੰਦੂ ਘਾਰਾ, ਧਰਣਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਸੂਰਜ, ਸੁਨ ਸਮਾਧ ਲਗਾਏਗਾ। ਅੰਤਰ ਸੁਨ ਬਾਹਰ ਸੁਨ, ਤ੍ਰਿਭਵਨ ਸੁਨਮ ਸੁਨ, ਚੌਥੇ ਸੁਨੇ ਜੋ ਨਰ ਜਾਣੇ, ਤੋ ਕੋ ਪਾਵ ਪਾਪ ਨ ਪੁਨ, ਘਟ ਘਟ ਸੁਨ ਕਾ ਜਾਵੇ ਭਿਓ, ਆਦਿ ਪੁਰਖ ਨਿਰੰਜਨ ਦਿਓ,
जो नम जन नाम निरंजन राता नानक सोई पुरख विदाता। इन्हां विचारां दी समरूपता बोधी शून्यवादी चिंतक नागार्जुन दे विचारां च उसकी पुस्तक मध्य कारका विचले श्लोकां नाल मिल भी हो सकती है। इस संसार अंदर भी सुन है, बाहर भी सुन है, ते तिन्हां लोकां विच सुन है। जिहो जिहा विचार हठ योग प्रदीपका च दर्ज है, जो मनुख तुरिया अवस्था दे सुन नूं अनुभव कर लैंदा है, उह सारे भाव पुन ते कर्मां तों निरलेप हो जांदा है। भाव उसका आवागमन च भटकना नहीं पैंदा। जो इस घट घट वसी सुन समा दा भेद पा लैंदा है, वह माया तो मुक्त पुरख है। हठ योग प्रदीपका की मानता है कि प्राण अनहद चक्कर चो लंघ ब्रह्म ग्रंथी नूं बिन अगां लंघदा तां छणकार सुणदी है। शून्य पहला हिरदे च हुंदा, फिर विशुद्धि चक्कर चो लंघ विष्णु ग्रंथी नूं विंदा तां संगत चो बीन की आवाज आउंदी है। जदों प्राण भरौटियां चो लंघ आग्या चक्कर लंघ रुंदर ग्रंथी विंदा तां डगे दा नाद उत्पन्न हुंदा है। जदों अगे देव स्थान विच अपड़दे तां बीणा दे सुर गिणदे हन। इंज जदों चित ते इक हो जांदे तां योगी ईश्वर नूं प्राप्त हो जांदे ने। गुरु नानक देव जी दा कहना, सुनो सुन कहे सब कोई, अनत सुन कहाते होई, अनत सुन रते से कैसे, जिसते उपजे तिस ही जैसे। भाव तुसी सुन सुन करी जांदे हो, पर ए दसो शून्य चो शब्द किवें पैदा होंदा है। साडा तां विचार है, ओए जन्म ना मरन ना आवे जावे, नानक गुरमुख मन समझावे। भाव गुरु शब्द नाल गुरमुख मन समझ जांदे हन। जदों उन्हां दा ज्ञान मिट जांदा है तो जमदे ना मरदे हन, ना ही आवागमन विच भटकदे हन। सिद्ध गोश विच सिद्धा नाल गुरु नानक दे संवाद दा अंत इह निकलदा है कि नाम सिमरन होमे दा नाश करदा है। भाव गुरु उपदेश अग्ञान दे हनेरे च युग दा प्रकाश दा पुंज है। गुरु नानक देव दा कहना है कि इह धरती इसे लई साजी गई है कि मनुख ज्योति दा जो अंश उन्हां अंदर है उसनूं वधा के परम ज्योति नाल इक निक हो जाणा। गुरमुख धरती साजे साचे साजी, तिस मैं उत्पत खपत ना बाजी, गुर शब्द रपे रंग लाए साच रत्यो, पत स्यो कर जाए साच शब्द बिन पत ना पावे, नानक बिन नावे क्यों साच समावे। पाप सच्चे परमात्मा ने धरती रची ताकि परमा जीवात्मा अपना आप सवार के गुरमुख बने। जगत की उत्पत्ति ते विनाश क्रीड़ा है, जो प्रेम भाव नाल गुरु शब्द नाल चित जोड़दा है वो सच नूं प्राप्त हो अपने उद्देश नूं पहुंचता है। सच्चे शब्द बिना यश नहीं अते नाम बिन नाम कोई सच भी विसम नहीं सकता। सिद्ध गोष्ट गुरमुख दे आदर्श गुरु नानक साहब गुणांदे हन, गुरमुख साचे का पौ भावे, गुरमुख बाणी अगु कड़ावे, गुरमुख नाम दान इसनान, गुरमुख लागे सहज ध्यान, गुरमुख पावे दरगाह मान, गुरमुख पावे भंजन प्रदान, गुरमुख करणी कार कराए, नानक गुरमुख मेल मिलाए। सिद्ध गोश दा इस ध्यान च नाम सापत हुंदा है कि गुरु नानक देव भारतीय दर्शन परंपरा दियां ज्ञान शास्त्री समझ अपने गुरमत विचारां नाल इक विड पैदा करदे हन, जिस नाल आउण वाले समयां च लुकाई ते रहनुमाई कीती ते आउण वाले समयां च करनी भी है, तां कि गुरमत दी अनुसारी हो के इह जिहड़ी दुनिया है मावी बंधना तों मुक्त हो सके। सिद्ध गोष्ट गुरु नानक साहब की वह बाणी है जिहड़ी जीवन दे अमल नूं दी दार्शनिक व्याख्या करती है, और सारी सिक्खी की जिहड़ी जिहड़ी जीवन विधि है वह इस बाणी के इर्द गिर्द घूमती है। सो मैनू मैं अपनी योग्यता और अपनी समझ मुताबक इस बाणी की व्याख्या करने की कोशिश की, ताकि अज की लुकाई जिहड़ी भटकणा च पई हुई है वह सहज अवस्था नूं किवें प्राप्त हो सके। इस बाणी और इस बाणी च अमल करदा होया इस नूं अपने जीवन का हिस्सा बनाउंदा होया, और जिन्नियां भी दवैत ने, चाहे वह ज्ञान की दवैत है, चाहे वह जीवन विधि की दवैत है, चाहे वह समझ की दवैत है, उस दवैत तो किवें मुक्त होकर अद्वैत नाल जुड़ सके और अपने जीवन नूं सफल बना सके। मैनूं लगदा है कि गुरु नानक साहब के 552वें जन्म वरे ते प्रकाश उत्सव ते सानू उन्हां दी सिद्ध गोष्ट बाणी दे अध्ययन करके उसनों अपने जीवन च अपनाउणा चाहीदा है। इन्हां शब्दां नाल मैं अपना
ये व्याख्या समाप्त करता है। धन्यवाद। डॉक्टर मनमोहन जी ने अपने डूंगे विचार साडे नाल सांझे कीते, गुरु नानक देव जी दे श्लोकां बारे दस्या, जप जी साहिब, करम खंड ते सिद्ध कोश बारे खास जानकारी दित्ती, जगत दी सिरजना बारे विचार सांझे कीते। बहुत सारे नवे पक्खां बारे सर सानू तुहाडे विचार सुन के जानकारी मिली ते सर बहुत बहुत तुहाडा धन्नवाद। हुण अंतले पड़ाव वल चलदे हुए मैं डॉक्टर पिंकी सरा नूं सद्दा दिंदी हाँ कि ओह डॉक्टर मनमोहन जी दा रस्मी तौर ते धन्नवाद करन। डॉक्टर पिंकी सरा धन्नवाद। प्रोफेसर परमजीत कौर जी, मैं जगत गुरु नानक देव पंजाब स्टेट ओपन यूनिवर्सिटी वालों करवाए जा रहे श्री गुरु नानक देव जी दे 552वें प्रकाश पूर्व नूं समर्पित 7 दिनों की ऑनलाइन लैक्चर सीरीज के 5वें दिन के प्रमुख वक्ता के तौर पर शामिल हुए डॉक्टर मनमोहन सिंह जी का धन्यवाद करती हाँ, जो कि किते वजो IPS ऑफिसर हैं, सीनियर IPS ऑफिसर हैं, इस दे नाल नाल ही उगे काव्य चिंतक ते नावलकार भी हैं। सर मैं तुहाडा धन्यवाद करती हाँ जो तुसी अपना कीमती समय सानू दिता अते सानू गुरु साहिबान जी दियां बाणी दे विच्चों महत्वपूर्ण जानकारी दिती है। तुसी साडे सद्दे नू स्वीकार किया है सर, अते साडे नाल अपने विचारां नू सांझा किया, उस दे लई मैं तुहाडा बहुत बहुत धन्यवाद करती हाँ सर। इस तो बाद मैं अपने यूनिवर्सिटी के ऑनरेबल वाइस चांसलर साहब जी का धन्यवाद करती हाँ, डॉक्टर करमजीत सिंह जी, जिन्हों का धन्यवाद करती हाँ, जिन्हों की अगुवाई के हेठ इस 7 दिनों की लैक्चर सीरीज जो है वह करवाई जा रही है। सर ने हमेशा ही सानू बहुत एप्रीशिएट किया है इन्हों सब एक्टिविटीज़ को करवाने के लिए। सर मैं तुहाडा धन्यवाद करती हाँ वाइस चांसलर साहब। उस तो बाद मैं अपनी यूनिवर्सिटी के रजिस्ट्रार डॉक्टर धर्म सिंह संधु जी का धन्यवाद करती हाँ, जिन्हों ने 5वें लैक्चर के उद्घाटन शब्दों नू पेश किया है, बड़े ही ब्रीफ दे विच पिछले 4 दिनों के निष्कर्ष नू साडे सामने पेश भी किया है। मैं डॉक्टर लखविंदर सिंह जी बेदी जी का धन्यवाद करती हाँ, जो कि एग्जामीनेशन कंट्रोलर हैं जगत गुरु नानक देव यूनिवर्सिटी के, उन्होंने अपनी भूमिका आरंभिक शब्दकार के वजों निभाई है। अंत दे विच मैं डीन अकैडमिक अफेयर डॉक्टर अनीता गिल जी का कोआर्डीनेटर को कोआर्डीनेटर डॉक्टर अमरजीत सिंह सुखदेव सिंह जी का धन्यवाद करती हाँ। मैं अपने फैकल्टी मैंबरस, स्टाफ मैंबरस, सारे स्रोतियों का धन्यवाद करती हाँ जिन्होंने साडा साथ दिता है, साडे प्रमुख वक्ता मानयोग मनमोहन सिंह जी के विचारों बहुत ही अच्छे तरीके दे नाल सुनिया है। मैं विश्वास करती हाँ कि सब अपनी जिंदगी दे विच गुरु साहिबान की बाणी नू अपनाउणगे, जिंदगी दे विच रुझेवियां दे विच दुनियादारी दे काम करते हुए आत्मिकता दे विच भी जुड़नगे। इस दे नाल सब दा धन्नवाद करती हाँ। वाहिगुरु जी का खालसा, वाहिगुरु जी की फतेह। अज दे लैक्चर दे विच साडे नाल जुड़न लई जगत गुरु नानक देव पंजाब स्टेट ओपन यूनिवर्सिटी वालों सारयां दा धन्नवाद। मैं बेनती करती हाँ कि अज दी तरह कल भी अपने बहुमुली समय विचों कुछ समा कढ़ के ऑनलाइन लैक्चर सीरीज दे 6वें लैक्चर विच जुड़न दी कृपालता करनी जी। वाहिगुरु जी का खालसा, वाहिगुरु जी की फतेह। थैंक यू।